हेलो स्टूडेंट्स, वेलकम टू टेट बजर यूट्यूब चैनल। मैं रोहित, अज बायोलॉजी दा पार्ट टू डिस्कशन करा जावा। जिवें कि तुहानू पता ही कि पार्ट वन आपां कर चुके हाँ, तां जिवें कि तुहानू ऑलरेडी पता ही अपना जो है पेड कोर्स लॉन्च हो चुका है। तां किसी भी इनकुआरी लई जां कोई भी पेड कोर्स नूं ज्वाइन करन लई तुसीं इस नंबर ते कॉल कर सकदे हो। ਤਾਂ ਆਪਣੇ ਚੈਪਟਰ ਦਾ ਨਾਮ ਸੀ ਵਾਈ ਡੂ ਵੀ ਫਾਲ ਇਲ, ਅਸੀਂ ਬਿਮਾਰ ਕਿਉਂ ਹੁੰਦੇ ਹਾਂ। ਅਸੀਂ ਪਿਛਲੇ ਪਾਰਟ ਦੇ ਵਿੱਚ ਵੀ ਪੜ੍ਹਿਆ ਕਿ ਕਾਫੀ ਸਾਰੇ ਕਾਰਨ ਹੋ ਸਕਦੇ ਹਨ ਜਿਸ ਦੇ ਕਾਰਨ ਕਿ ਅਸੀਂ ਬਿਮਾਰ ਹੁੰਦੇ ਹਾਂ, ਅਤੇ ਇਹ ਕਿਸ ਦੇ ਦੁਆਰਾ ਫੈਲਦਾ। ਪਹਿਲਾਂ ਵੀ ਆਪਾਂ ਪੜ੍ਹਿਆ ਹਵਾ ਦੁਆਰਾ, ਪਾਣੀ ਦੁਆਰਾ ਅਤੇ ਭੋਜਨ ਜਾਂ ਹੋਰ ਵੀ ਕਈ ਮੈਥਡ ਹਨ ਜਿਸ ਦੇ ਦੁਆਰਾ ਕੀ ਹੈ ਇਹ ਜੋ ਹੈ ਬਿਮਾਰੀ ਸਾਡੇ ਤੱਕ ਪਹੁੰਚ ਜਾਂਦੀ ਹੈ। ਤਾਂ ਤੁਸੀਂ ਜੋ ਹੈ ਇਸ ਐਪ ਦੇ ਦੁਆਰਾ, ਲਿੰਕ ਦੇ ਦੁਆਰਾ ਤੁਸੀਂ ਇਸ ਪੇਡ ਕੋਰਸ ਨੂੰ ਜੁਆਇਨ ਕਰ ਸਕਦੇ ਹੋ। ਤਾਂ ਬਾਇਓਲੋਜੀ ਵਾਈ ਡੂ ਵੀ ਫਾਲ ਇਲ, ਤਾਂ ਇਹ ਚੈਪਟਰ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਆਪਾਂ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਦਸਤ ਦੀ, ਡਾਇਰੀਆ। ਤਾਂ ਡਾਇਰੀਆ ਕਿਸ ਦੇ ਦੁਆਰਾ ਹੋ ਸਕਦਾ ਹੈ? ਪ੍ਰੋਟੋਜ਼ੋ, ਬੈਕਟੀਰੀਆ, ਵਾਇਰਸ। ਤਾਂ ਇਸ ਨੂੰ ਜੋ ਹੈ ਠੀਕ ਕਰਨ ਦੇ ਲਈ ORS, ORS ਦਾ ਮਤਲਬ ਹੁੰਦਾ ਹੈ ਓਰਲ ਰੀਹਾਈਡਰੇਸ਼ਨ ਸੋਲਿਊਸ਼ਨ। ਇਸ ਦੇ ਵਿੱਚ ਕੀ ਆ ਜਾਂਦਾ ਹੈ ਕਿ ਇੱਕ ਗਲਾਸ ਦੇ ਵਿੱਚ ਪਾਣੀ ਲੈ ਕੇ ਉਸਦੇ ਵਿੱਚ ਖੰਡ ਜਾਂ ਚੀਨੀ, ਇੱਕੋ ਹੀ ਗੱਲ ਹੈ, ਜਾਂ ਨਮਕ, ਮੀਨਸ ਇਹਨਾਂ ਦੋਵਾਂ ਦਾ ਮਿਕਸਚਰ ਲੈ ਕੇ ਪੀਣ ਨਾਲ ਕੀ ਹੈ ਅਸੀਂ ਕਾਫੀ ਹੱਦ ਤੱਕ ਜੋ ਹੈ ਦਸਤ ਤੋਂ ਛੁਟਕਾਰਾ ਪਾ ਸਕਦੇ ਹਾਂ। ਤਾਂ ਕਈ ਵਾਰ ਕੀ ਹੁੰਦਾ, ਅਸੀਂ ਦੂਸ਼ਿਤ ਭੋਜਨ ਅਤੇ ਪਾਣੀ ਵਗੈਰਾ ਪੀ ਲੈਂਦੇ ਹਾਂ ਜਿਸ ਦੇ ਕਾਰਨ ਕੀ ਹੈ ਸਾਨੂੰ ਦਸਤ ਵਗੈਰਾ ਹੋ ਜਾਂਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਖਾਣਾ ਕਾਫੀ ਦਿਨਾਂ ਦਾ ਪਿਆ ਹੁੰਦਾ ਹੈ, ਜਾਂ ਕੀ ਹੁੰਦਾ ਹੈ ਕਿ ਖਾਣਾ ਢੱਕਿਆ ਨਹੀਂ ਹੁੰਦਾ ਜਿਸ ਦੇ ਕਾਰਨ ਕੀ ਉਸ 'ਤੇ ਮੱਖੀ ਜਾਂ ਮੱਛਰ ਵਗੈਰਾ ਬਹਿ ਜਾਂਦੇ ਹਨ ਜੋ ਭੋਜਨ ਨੂੰ ਕੀ ਹੈ ਦੂਸ਼ਿਤ ਕਰ ਦਿੰਦੇ ਹਨ। ਤਾਂ ਇਹ ਵੀ ਇੱਕ ਦਸਤ ਦਾ ਕਾਰਨ ਹੋ ਸਕਦਾ ਹੈ। ਤਾਂ ਨੈਕਸਟ ਗੱਲ ਕਰਦੇ ਹਾਂ ਆਪਾਂ ਡਾਇਬਟੀਜ਼ ਦੀ, ਸ਼ੂਗਰ ਦੀ, ਜੋ ਅੱਜ ਦੇ ਸਮੇਂ ਵਿੱਚ ਜੋ ਹੈ ਡਾਇਬਟੀਜ਼ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਅੱਜ ਲਗਭਗ ਹਰ ਬੰਦੇ ਨੂੰ ਸ਼ੂਗਰ ਹੋ ਚੁੱਕੀ ਹੈ। ਤਾਂ ਇਸ ਦੇ ਵਿੱਚ ਦੋ ਕੇਸ ਹੋ ਸਕਦੇ ਹਨ। ਇੱਕ ਦੇ ਵਿੱਚ ਤਾਂ ਕੀ ਹੁੰਦਾ ਹੈ ਕਿ ਆਪਣੀ ਜੋ ਪੈਨਕ੍ਰੀਆਜ਼ ਹੈ, ਇੱਕ ਬੋਡੀ ਪਾਰਟ ਹੈ ਪੈਨਕ੍ਰੀਆਜ਼ ਹੈ, ਲਿਊਬਾ ਜਿਸਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਉਸ ਦੇ ਦੁਆਰਾ ਇੱਕ ਹਾਰਮੋਨ ਰਿਲੀਜ਼ ਕੀਤਾ ਜਾਂਦਾ ਹੈ। ਹਾਰਮੋਨ ਦੇ ਬਾਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹਾਰਮੋਨ ਜੋ ਹੈ ਆਪਣੀ ਬੋਡੀ ਦੇ ਵਿੱਚ ਬੈਲੈਂਸ ਬਣਾਉਣ ਦੇ ਲਈ ਜ਼ਰੂਰੀ ਹੁੰਦੇ ਹਨ। ਤਾਂ ਪੈਨਕ੍ਰੀਆਜ਼ ਕਿਹੜਾ ਹਾਰਮੋਨ ਰਿਲੀਜ਼ ਕਰਦਾ ਹੈ? ਇਨਸੁਲਿਨ। ਇਸ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਪੈਨਕ੍ਰੀਆਜ਼ ਦੇ ਦੁਆਰਾ ਕਿਹੜਾ ਹਾਰਮੋਨ ਰਿਲੀਜ਼ ਕੀਤਾ ਜਾਂਦਾ ਹੈ? ਤਾਂ ਇਨਸੁਲਿਨ। ਕਾਫੀ ਵਾਰ ਕੁਐਸਚਨ ਆ ਚੁੱਕਿਆ ਹੈ ਕਿ ਇਨਸੁਲਿਨ ਕਿਸ ਦੇ ਦੁਆਰਾ ਰਿਲੀਜ਼ ਕੀਤਾ ਜਾਂਦਾ ਹੈ, ਜਾਂ ਇਨਸੁਲਿਨ ਕੌਣ ਰਿਲੀਜ਼ ਕਰਦਾ ਹੈ, ਜਾਂ ਪੈਨਕ੍ਰੀਅਸ ਦੇ ਦੁਆਰਾ ਕਿਹੜਾ ਹਾਰਮੋਨ ਰਿਲੀਜ਼ ਕੀਤਾ ਜਾਂਦਾ ਹੈ? ਤਾਂ ਇਸਦੇ ਦੋ ਕਾਰਨ ਹੋ ਸਕਦੇ ਹਨ ਕਿ ਇੱਕ ਤਾਂ ਇਨਸੁਲਿਨ ਜੋ ਹੈ ਬਿਲਕੁਲ ਵੀ ਨਹੀਂ ਬਣਦਾ, ਅਤੇ ਸੈਕਿੰਡ ਕੇਸ ਦੇ ਵਿੱਚ ਇਹ ਹੋ ਸਕਦਾ ਹੈ ਕਿ ਥੋੜ੍ਹਾ ਬਹੁਤ ਘੱਟ ਬਣਦਾ ਹੈ, ਲੇਕਿਨ ਜੋ ਹੈ ਜਿੰਨੀ ਅਮਾਊਂਟ ਦੇ ਵਿੱਚ ਬੋਡੀ ਨੂੰ ਜ਼ਰੂਰਤ ਹੁੰਦੀ ਹੈ ਉਨੀ ਅਮਾਊਂਟ ਦੇ ਵਿੱਚ ਨਹੀਂ ਬਣਦਾ। ਨੈਕਸਟ ਗੱਲ ਕਰਦੇ ਹਾਂ ਆਪਾਂ ਕੈਂਸਰ ਦੀ। ਤਾਂ ਕੈਂਸਰ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਆਪਣੀ ਕੋਸ਼ਿਕਾਵਾਂ ਹੁੰਦੀਆਂ ਹਨ, ਜੋ ਸੈੱਲ ਹੁੰਦੇ ਹਨ, ਸੈੱਲ ਦਾ ਡਿਵੀਜ਼ਨ ਹੁੰਦਾ ਹੈ, ਡਿਵੀਜ਼ਨ ਦਾ ਮਤਲਬ ਹੁੰਦਾ ਵਿਭਾਜਿਤ ਹੋਣਾ। ਤਾਂ ਅਨਵਾਂਟਡ, ਅਨਕੰਟਰੋਲਡ ਸੈੱਲ ਡਿਵੀਜ਼ਨ, ਕੋਸ਼ਿਕਾਵਾਂ ਦਾ ਅਨਚਾਇਆ ਅਤੇ ਅਨਿਯੰਤਰਣ ਵਿਭਾਜਨ ਹੁੰਦਾ ਹੈ ਇਸ ਦੇ ਵਿੱਚ। ਹੁਣ ਗੱਲ ਕਰ ਲੈਂਦੇ ਆਪਾਂ ਕੈਂਸਰ ਦਾ ਟਰੀਟਮੈਂਟ ਦੀ। ਤਾਂ ਕੈਂਸਰ ਦਾ ਟਰੀਟਮੈਂਟ ਜੋ ਹੈ ਕੈਮੋਥੈਰੇਪੀ ਦੇ ਦੁਆਰਾ ਹੋ ਸਕਦਾ ਹੈ। ਈਜ਼ੀ ਦੇ ਵਿੱਚ ਗੱਲ ਕਰਦੇ ਹਾਂ ਕਿ ਜਦੋਂ ਕੈਂਸਰ ਜੋ ਹੈ ਸਟਾਰਟਿੰਗ ਫੇਜ਼ 'ਤੇ ਹੈ ਤਾਂ ਇਹ ਤਿੰਨ ਥੈਰੇਪੀ ਦੇ ਨਾਲ ਹੀ ਸਹੀ ਹੋ ਸਕਦੀ ਹੈ। ਜੇਕਰ ਮਿਡਲ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ 7 ਥੈਰੇਪੀ ਦੇ ਨਾਲ ਹੋ ਸਕਦੀ ਹੈ। ਲੇਕਿਨ ਅਸੀਂ ਜਦੋਂ ਇਸ ਦੇ ਵਿੱਚ ਲੇਟ ਹੋ ਜਾਂਦੇ ਹਾਂ, ਬਹੁਤ ਸਟੇਜ ਲੰਘ ਜਾਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਇਹ ਕੈਂਸਰ ਹੈ, ਤਾਂ ਉਸਦਾ ਕੋਈ ਵੀ ਇਲਾਜ ਨਹੀਂ ਹੈ।
ਤਾਂ ਨੈਕਸਟ ਗੱਲ ਕਰਦੇ ਹਾਂ ਹੁਣ ਆਪਾਂ ਵਿਟਾਮਿਨਾਂ ਦੀ ਕਮੀ ਨਾਲ ਹੋਣ ਵਾਲੇ ਰੋਗ, ਵਿਟਾਮਿਨ ਡੈਫੀਸ਼ੈਂਸੀ ਡਿਜ਼ੀਜ਼। ਤਾਂ ਇਸ ਨੂੰ ਤੁਸੀਂ ਯਾਦ ਹੀ ਰੱਖਣਾ, ਪਹਿਲਾਂ ਵੀ ਤੁਸੀਂ ਕਾਫੀ ਵਾਰ ਪੜ੍ਹ ਚੁੱਕੇ ਹੋ ਕਿ ਵਿਟਾਮਿਨ ਏ ਦੀ, ਏ ਦੇ ਵਿੱਚ ਕੀ ਹੁੰਦਾ, ਏ ਦੀ ਕਮੀ ਨਾਲ ਹੁੰਦਾ ਹੈ ਅੰਧਰਾਤਾ, ਜਿਸ ਨੂੰ ਅਸੀਂ ਨਾਈਟ ਬਲਾਈਂਡਨੈਸ ਵੀ ਕਹਿ ਦਿੰਦੇ ਹਾਂ। ਨਾਈਟ ਬਲਾਈਂਡਨੈਸ ਦੇ ਵਿੱਚ ਕੀ ਹੁੰਦਾ ਹੈ ਕਿ ਆਦਮੀ ਨੂੰ ਜੋ ਹੈ ਦੇਖਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਵਿਟਾਮਿਨ ਬੀ ਦੇ ਵਿੱਚ ਕੀ ਹੁੰਦਾ, ਬੇਰੀ ਬੇਰੀ। ਵਿਟਾਮਿਨ ਸੀ ਦੇ ਵਿੱਚ ਕੀ ਹੋ ਜਾਂਦਾ, ਸ਼ੱਕਰ ਵੀ। ਵਿਟਾਮਿਨ ਡੀ ਦੇ ਵਿੱਚ ਰਿਕਟਸ। ਰਿਕਟਸ ਕੀ ਹੈ, ਕਿਸ ਦੇ ਨਾਲ ਸੰਬੰਧਿਤ ਹੈ, ਬੋਨਸ ਦੇ ਨਾਲ, ਹੱਡੀਆਂ ਦੇ ਨਾਲ ਸੰਬੰਧਿਤ ਹੈ। ਇਸ ਦੇ ਲਈ ਸਾਨੂੰ ਜੋ ਹੈ ਪ੍ਰੋਪਰ ਜੋ ਹੈ ਸਨਲਾਈਟ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ ਅਸੀਂ ਪ੍ਰੋਪਰ ਵਿਟਾਮਿਨ ਡੀ ਨੂੰ ਪ੍ਰਾਪਤ ਕਰ ਸਕੀਏ। ਵਿਟਾਮਿਨ ਈ ਜੋ ਹੈ ਆਪਣਾ ਚਮੜੀ ਰੋਗ, ਸਕਿਨ ਪ੍ਰੋਬਲਮ ਦੇ ਨਾਲ ਸੰਬੰਧਿਤ ਹੈ। ਅਤੇ ਵਿਟਾਮਿਨ ਕੇ ਖੂਨ ਦੇ ਗੱਤੇ, ਮੀਨਸ ਇਹਦੇ ਵਿੱਚ ਕੀ ਹੈ, ਬਲੱਡ ਕਲੋਟਿੰਗ। ਬਲੱਡ ਕਲੋਟਿੰਗ ਹੁੰਦੀ ਹੈ ਕਿ ਜਦੋਂ ਸਾਡੇ ਸਰੀਰ ਦੇ ਉੱਤੇ ਕੋਈ ਵੀ ਸੱਟ ਵਗੈਰਾ ਲੱਗ ਜਾਂਦੀ ਹੈ, ਤਾਂ ਉਸਦੇ ਵਿੱਚ ਜਦੋਂ ਆਪਣੇ ਆਪ ਖੂਨ ਚੱਲਦਾ ਚੱਲਦਾ ਬੰਦ ਹੋਣ ਲੱਗ ਜਾਂਦਾ, ਉਸਨੂੰ ਅਸੀਂ ਕਹਿ ਦਿੰਦੇ ਹਾਂ ਬਲੱਡ ਕਲੋਟਿੰਗ। ਤਾਂ ਇਸਦੇ ਵਿੱਚ ਕੀ ਹੈ, ਬਲੱਡ ਕਲੋਟਿੰਗ ਜੋ ਹੈ ਉਹ ਘੱਟ ਜਾਂਦੀ ਹੈ ਜਾਂ ਬਿਲਕੁਲ ਵੀ ਨਹੀਂ ਹੁੰਦੀ। ਖਣਿਜਾਂ ਦੀ ਕਮੀ ਨਾਲ ਹੋਣ ਵਾਲੇ ਰੋਗ, ਪਹਿਲਾਂ ਆਪਾਂ ਵਿਟਾਮਿਨ ਦੀ ਗੱਲ ਕੀਤੀ ਸੀ, ਹੁਣ ਆਪਾਂ ਗੱਲ ਕਰਦੇ ਹਾਂ ਮਿਨਰਲਸ ਡੈਫੀਸ਼ੈਂਸੀ ਡਿਜ਼ੀਜ਼। ਤਾਂ ਆਇਰਨ, ਲੋਹਾ, ਲੋਹੇ ਦੀ ਕਮੀ ਕਰਕੇ ਕੀ ਹੋ ਜਾਂਦਾ, ਅਨੀਮੀਆ। ਅਨੀਮੀਆ ਕੀ ਹੈ, ਵੀਕਨੈਸ ਦਾ ਇੱਕ ਬਹੁਤ ਵੱਡਾ ਕਾਰਨ ਹੈ, ਵੀਕਨੈਸ। ਤਾਂ ਨੈਕਸਟ ਗੱਲ ਕਰਦੇ ਹਾਂ ਆਪਾਂ ਆਇਓਡੀਨ ਦੀ। ਤਾਂ ਆਇਓਡੀਨ ਦੇ ਨਾਲ ਕੀ ਹੈ, ਗੋਇਟਰੀ ਹੋ ਜਾਂਦਾ। ਗੋਇਟਰ ਮੀਨਸ ਗਿੱਲੜ। ਅਤੇ ਕੈਲਸ਼ੀਅਮ ਐਂਡ ਫੋਸਫਰ ਜੋ ਹੈ ਹੱਡੀਆਂ ਅਤੇ ਦੰਦਾਂ ਦੇ ਰੋਗ ਹਨ, ਜਿਸ ਦੇ ਨਾਲ ਕੀ ਹੈ, ਇਸ ਦੀ ਕਮੀ ਹੋਣ ਦੇ ਨਾਲ ਕੀ ਹੈ, ਕੈਲਸ਼ੀਅਮ। ਅਸੀਂ ਆਮ ਹੀ ਗੱਲ ਕਰਦੇ ਹਾਂ ਕਿ ਜਦੋਂ ਹੱਡੀਆਂ ਵਗੈਰਾ ਦੇ ਵਿੱਚ ਪ੍ਰੋਬਲਮ ਦੀ ਗੱਲ ਕਰਦੇ ਹਾਂ, ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਸ ਦੇ ਵਿੱਚ ਕੈਲਸ਼ੀਅਮ ਦੀ ਜੋ ਹੈ ਕਮੀ ਆ ਚੁੱਕੀ ਹੈ। ਤਾਂ ਨੈਕਸਟ ਸਲਾਈਡ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਆਲ ਵਾਇਰਸ ਫੋਰ ਐਗਜ਼ਾਮਪਲ ਲਿਵ ਇਨਸਾਈਡ ਹੋਸਟ ਸੈਲਸ, ਵੇਅਰ ਐਜ਼ ਬੈਕਟੀਰੀਆ ਵੈਰੀ ਰੇਅਰਲੀ ਡੂ। ਕਿ ਜੇ ਉਦਾਹਰਣ ਵਜੋਂ ਗੱਲ ਕਰੀਏ ਕਿ ਵਿਸ਼ਾਣੂ ਜੋ ਹੈ ਪਰਪੋਸ਼ੀ ਦੇ ਸਰੀਰਕ ਸੈੱਲਾਂ ਵਿੱਚ ਰਹਿੰਦੇ ਹਨ, ਕਿ ਹੁਣ ਜੋ ਵਾਇਰਸ ਹੈ, ਜਿਵੇਂ ਕਿ ਅੱਜ ਦੇ ਸਮੇਂ ਵਿੱਚ ਕਰੋਨਾ ਵਾਇਰਸ ਵੀ ਚੱਲ ਰਿਹਾ, ਤਾਂ ਵਾਇਰਸ ਜੋ ਹੈ ਸਰੀਰਕ ਸੈੱਲਾਂ ਦੇ ਵਿੱਚ ਰਹਿੰਦੇ ਹਨ। ਜੀਵਾਣੂ ਜੋ ਹੈ, ਜੋ ਬੈਕਟੀਰੀਆ ਹੈ, ਉਹ ਅਜਿਹਾ ਨਹੀਂ ਕਰਦੇ। ਵਿਸ਼ਾਣੂ, ਜੀਵਾਣੂ ਅਤੇ ਉੱਲੀਆਂ ਬਹੁਤ ਤੇਜ਼ੀ ਨਾਲ ਗੁਣਿਤ ਹੁੰਦੀਆਂ ਹਨ। ਜਿਵੇਂ ਵਾਇਰਸ, ਬੈਕਟੀਰੀਆ ਅਤੇ ਫੰਗੀ ਜਾਂ ਫੰਜਾਈ ਜੋ ਹੈ ਮਲਟੀਪਲਾਈ ਵੈਰੀ ਕੁਇਕਲੀ। ਕਿ ਵਾਇਰਸ, ਬੈਕਟੀਰੀਆ ਅਤੇ ਫੰਜਾਈ ਜੋ ਫੰਗੀ ਹੈ ਉਹ ਬਹੁਤ ਜਲਦੀ ਮਲਟੀਪਲਾਈ ਕਰਦੀ ਹੈ। ਵਾਇਲ ਵੋਮਸ ਮਲਟੀਪਲਾਈ ਵੈਰੀ ਸਲੋਲੀ ਇਨ ਕੰਪੈਰੀਜ਼ਨ। ਲੇਕਿਨ ਜੋ ਹੈ ਵੋਮਸ, ਸਾਡੇ ਜੋ ਦੂਸਰੇ ਪ੍ਰਕਾਰ ਦੇ ਹੋਰ ਕੀੜੇ ਵਗੈਰਾ ਜਾਂ ਕਿਰਮਾ ਹੁੰਦੇ ਹਨ, ਉਹਨਾਂ ਦੇ ਵਿੱਚ ਵਾਧਾ ਜੋ ਹੈ, ਗੁਣਨ ਹੈ, ਉਹ ਬਹੁਤ ਹੀ ਸਲੋ ਹੁੰਦਾ ਹੈ। ਅਤੇ ਇਹਨਾਂ ਦੇ ਮੀਨਸ ਆਫ ਸਪਰੈਡ ਦਾ ਮਤਲਬ ਹੁੰਦਾ ਹੈ, ਇਹਨਾਂ ਦੇ ਫੈਲਣ ਦਾ ਕਾਰਨ ਕੀ ਹੁੰਦਾ ਹੈ। ਤਾਂ ਇਹਨਾਂ ਦੇ ਫੈਲਣ ਦੇ ਕਾਫੀ ਜ਼ਿਆਦਾ ਕਾਰਨ ਹੋ ਸਕਦੇ ਹਨ। ਮੈਨੀ ਮਾਈਕਰੋਬੀਅਲ ਏਜੰਟ ਕੈਨ ਕੋਮਨਲੀ ਮੂਵ ਫਰੋਮ ਐਨ ਇਨਫੈਕਟਡ ਪਰਸਨ ਟੂ ਸਮਵਨ ਐਲਸ ਇਨ ਏ ਵਰਾਇਟੀ ਆਫ ਵੇਜ਼। ਇਨ ਅਦਰ ਵਰਡਸ, ਦੇ ਕੈਨ ਬੀ ਕਮਿਊਨੀਕੇਟਡ ਐਂਡ ਸੋ ਆਲਸੋ ਕਾਲ ਕਮਿਊਨੀਕੇਬਲ ਡਿਜ਼ੀਜ਼। ਉਹ ਹੁੰਦੀਆਂ ਹਨ, ਸੰਚਾਰੀ ਰੋਗ ਉਹ ਹੁੰਦੇ ਹਨ ਜੋ ਇੱਕ ਵਿਅਕਤੀ ਤੋਂ, ਇਨਫੈਕਟਡ ਪਰਸਨ ਤੋਂ ਹੈਲਦੀ ਪਰਸਨ ਤੱਕ ਮੂਵ ਕਰਦੇ ਹਨ, ਸਿਹਤਮੰਦ ਵਿਅਕਤੀ ਤੱਕ ਮੂਵ ਕਰਦੇ ਹਨ, ਤਾਂ ਉਸਨੂੰ ਅਸੀਂ ਕੀ ਕਹਿ ਦਿੰਦੇ ਹਾਂ, ਕਮਿਊਨੀਕੇਬਲ। ਅਤੇ ਇਹਨਾਂ ਦੇ ਫੈਲਣ ਦੇ ਕਾਫੀ ਸਾਰੇ ਜੋ ਹੈ ਮੈਥਡ ਹੋ ਸਕਦੇ ਹਨ, ਤਰੀਕੇ ਹੋ ਸਕਦੇ ਹਨ। ਤਾਂ ਡਿਜ਼ੀਜ਼ ਕੈਨ ਵੀ ਸਪਰੈਡ ਥਰੂ ਏਅਰ। ਹੁਣ ਆਪਾਂ ਗੱਲ ਕਰਦੇ ਹਾਂ ਕਿ ਹਵਾ ਦੁਆਰਾ ਫੈਲਣ ਵਾਲੇ ਰੋਗ। ਤਾਂ ਅਜਿਹੇ ਰੋਗ ਜੋ ਹੈ, ਸੂਖਮ ਜੀਵ ਜੋ ਹੈ ਹਵਾ ਦੁਆਰਾ ਫੈਲਦੇ ਹਨ। ਹੁਣ ਆਪਾਂ ਗੱਲ ਕਰ ਲਈ ਕਰੋਨਾ ਵਾਇਰਸ ਦੀ, ਤਾਂ ਜਦੋਂ ਕੋਈ ਵੀ ਕਰੋਨਾ ਵਾਇਰਸ ਪੀੜਿਤ ਆਦਮੀ ਹੁੰਦਾ ਹੈ ਜਾਂ ਕੋਈ ਵੀ
ਪੀੜਿਤ ਕਰੋਨਾ ਵਾਇਰਸ ਹੈ, ਜਦੋਂ ਉਹ ਕੀ ਹੈ ਛਿੱਕਦਾ ਹੈ ਜਾਂ ਕੋਈ ਵੀ ਉਸਦੇ ਸਿਹਤਮੰਦ ਵਿਅਕਤੀ ਉਸਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਵੀ ਕੀ ਹੈ ਕਰੋਨਾ ਪੀੜਿਤ ਹੋ ਜਾਂਦਾ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਆਪਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਸਾਨੂੰ ਮਾਸਕ ਯੂਜ਼ ਕਰਨਾ ਚਾਹੀਦਾ ਹੈ, ਸੋਸ਼ਲ ਡਿਸਟੈਂਸਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸੈਨੀਟਾਈਜ਼ ਜੋ ਹੈ ਲੋੜ ਪੈਣ 'ਤੇ ਆਪਦੇ ਹੱਥ ਨੂੰ ਕਰਦੇ ਰਹਿਣਾ ਚਾਹੀਦਾ ਜਾਂ ਫਿਰ ਕਿਸੇ ਸਾਬਣ ਨਾਲ ਆਪਣੇ ਹੱਥ ਧੋਂਦੇ ਰਹਿਣੇ ਚਾਹੀਦੇ ਆ, ਕਿਉਂਕਿ ਕਰੋਨਾ ਵਾਇਰਸ ਵੀ ਇੱਕ ਪ੍ਰਕਾਰ ਦੀ ਕਮਿਊਨੀਕੇਬਲ ਡਿਜ਼ੀਜ਼ ਹੈ ਅਤੇ ਕਮਿਊਨੀਕੇਬਲ ਡਿਜ਼ੀਜ਼ ਕੀ ਹੈ ਇੱਕ ਆਦਮੀ ਤੋਂ ਦੂਸਰੇ ਆਦਮੀ ਤੱਕ ਕਿਸੇ ਵੀ ਮੈਥਡ ਦੁਆਰਾ ਹੋ ਸਕਦੀ ਹੈ। ਤਾਂ ਉਸ ਸਮੇਂ ਕੀ ਹੁੰਦਾ ਕਿ ਜਦੋਂ ਆਪਾਂ ਛੀਕ ਵਗੈਰਾ ਲਗਾਉਂਦੇ ਹਾਂ, ਨਿੱਚ ਲਗਾਉਂਦੇ ਹਾਂ ਤਾਂ ਮੂੰਹ ਦੇ ਨੱਕ ਵਿੱਚੋਂ ਕੀ ਹੈ ਛੋਟੀਆਂ ਛੋਟੀਆਂ ਬੂੰਦਾਂ ਡਿੱਗਦੀਆਂ ਹਨ ਅਤੇ ਉਹ ਬੂੰਦਾਂ ਜਦੋਂ ਕੋਈ ਹੋਰ ਨੇੜੇ ਵਿਅਕਤੀ ਸਾਹ ਦੁਆਰਾ ਉਸਦੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਜੋ ਹੈ ਸੂਖਮ ਜੀਵ ਨਵੀਂ ਲਾਗੂ ਕਰਨ ਜਾਂ ਨਵਾਂ ਹਮਲਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਕਿ ਜੋ ਵੀ ਮਾਈਕਰੋ ਔਰਗੈਨਿਜ਼ਮ ਹੈ, ਜੋ ਵੀ ਵਾਇਰਸ ਜਾਂ ਬੈਕਟੀਰੀਆ ਜਾਂ ਕੋਈ ਵੀ ਹੈ, ਉਸਨੂੰ ਕੀ ਇੱਕ ਮੌਕਾ ਮਿਲ ਜਾਂਦਾ ਨਵੇਂ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦਾ। ਐਗਜ਼ਾਮਪਲਸ ਆਫ ਸੱਚ ਡਿਜ਼ੀਜ਼ ਸੈਪਰੇਟ ਥਰੂ ਦਾ ਏਅਰ ਆਰ ਦਾ ਕਿ ਜੋ ਹਵਾ ਦੇ ਦੁਆਰਾ ਫੈਲਣ ਵਾਲੇ ਰੋਗ ਆ, ਨੋਰਮਲ ਜੇ ਗੱਲ ਕਰਦੇ ਹਾਂ ਆਪਾਂ ਕੋਮਨ ਕੋਲਡ ਦੀ, ਤਾਂ ਇਸੇ ਕਰਕੇ ਸਲਾਹ ਦਿੱਤੀ ਜਾਂਦੀ ਹੈ ਕਿ ਜਿਸ ਨੂੰ ਜ਼ੁਕਾਮ ਹੁੰਦਾ ਹੈ ਉਹ ਥੋੜ੍ਹਾ ਜਿਹਾ ਆਮ ਪਰਸਨ ਤੋਂ, ਹੈਲਦੀ ਪਰਸਨ ਤੋਂ ਦੂਰ ਰਹੇ ਜਾਂ ਆਪਣੇ ਮੂੰਹ ਨੂੰ ਕਿਸੇ ਚੀਜ਼ ਦੇ ਨਾਲ ਢੱਕ ਕੇ ਰੱਖੇ। ਨਿਮੋਨੀਆ ਜਾਂ ਟੀਬੀ ਇਹ ਸਭ ਅਜਿਹੇ ਰੋਗ ਹਨ ਜੋ ਕਿ ਸਾਨੂੰ ਹਵਾ ਦੇ ਦੁਆਰਾ ਫੈਲਣ ਦਾ ਡਰ ਹੁੰਦਾ ਹੈ। ਹੁਣ ਨੈਕਸਟ ਗੱਲ ਕਰਦੇ ਹਾਂ ਪਾਣੀ ਦੁਆਰਾ ਫੈਲਣ ਵਾਲੇ ਰੋਗ, ਤਾਂ ਜਿਵੇਂ ਕਿ ਹਵਾ ਦੇ ਦੁਆਰਾ ਰੋਗ ਫੈਲਦੇ ਹਨ ਉਸੇ ਪ੍ਰਕਾਰ ਹੀ ਕੀ ਹੈ ਪਾਣੀ ਦੇ ਦੁਆਰਾ ਵੀ ਫੈਲ ਜਾਂਦੇ ਹਨ। ਤਾਂ ਡਿਜ਼ੀਜ਼ ਕੈਨ ਆਲਸੋ ਵੀ ਸਪਰੈਡ ਥਰੂ ਵਾਟਰ ਕਿ ਪਾਣੀ ਦੇ ਦੁਆਰਾ ਵੀ ਫੈਲ ਸਕਦੇ ਹਨ, ਰੋਗ ਜਿਵੇਂ ਹੈਜਾ ਪਾਣੀ ਦੁਆਰਾ ਵੀ ਫੈਲ ਸਕਦਾ ਹੈ। ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ, ਸੁਣਿਆ ਵੀ ਹੋਵੇਗਾ ਕਿ ਹੈਜਾ ਰੋਗ ਅਜਿਹਾ ਹੁੰਦਾ ਹੈ ਜੋ ਪਾਣੀ ਦੇ ਦੁਆਰਾ ਵੀ ਫੈਲ ਜਾਂਦਾ ਹੈ, ਜਦੋਂ ਛੂਤ ਵਾਲੇ ਰੋਗੀ ਦਾ ਮਲ ਮੂਤਰ ਪੀਣ ਵਾਲੇ ਪਾਣੀ ਵਿੱਚ ਮਿਲ ਜਾਂਦਾ ਹੈ। ਜੇ ਅਜਿਹਾ ਕੋਈ ਸਿਹਤਮੰਦ ਵਿਅਕਤੀ ਜਾਣੇ ਅਣਜਾਣੇ ਇਸ ਪਾਣੀ ਨੂੰ ਪੀ ਲੈਂਦਾ ਹੈ ਤਾਂ ਰੋਗਾਣੂ ਨੂੰ ਇੱਕ ਨਵਾਂ ਪੋਸ਼ੀ ਮਿਲ ਜਾਂਦਾ ਹੈ ਜਿਸ ਦੇ ਨਾਲ ਉਹ ਵਿਅਕਤੀ ਪੀੜਿਤ ਹੋ ਜਾਂਦਾ ਹੈ। ਹੁਣ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਸਾਨੂੰ ਸਾਫ਼ ਸੁਥਰਾ ਪਾਣੀ ਹੀ ਪੀਣਾ ਚਾਹੀਦਾ ਹੈ ਤਾਂ ਜੋ ਸਾਨੂੰ ਹੈਜ਼ਾ ਵਗੈਰੀ ਬਿਮਾਰੀਆਂ ਤੋਂ ਅਸੀਂ ਆਪਣਾ ਜੋ ਹੈ ਬਚਾਵ ਕਰ ਸਕੀਏ। ਹੁਣ ਇੱਥੇ ਕਹਿ ਰਹੇ ਨੇ ਕਿ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਜਾਣੇ ਅਣਜਾਣ ਦੇ ਵਿੱਚ ਜਿਸ ਵਿਅਕਤੀ ਉਸ ਬਿਮਾਰੀ ਤੋਂ ਪੀੜਿਤ ਹੈ ਤਾਂ ਉਹ ਕੀ ਆਪਣਾ ਮਲ ਮੂਤਰ ਕੀ ਹੈ ਆਮ ਪਾਣੀ ਦੇ ਵਿੱਚ ਜਾਣੇ ਅਣਜਾਣੇ ਵਿੱਚ ਮਿਲ ਜਾਂਦਾ ਹੈ, ਤਾਂ ਜਿਸ ਦੇ ਕਾਰਨ ਕੀ ਹੈ ਜਦੋਂ ਸਿਹਤਮੰਦ ਵਿਅਕਤੀ ਇਸ ਪਾਣੀ ਨੂੰ ਪੀਂਦਾ ਹੈ ਤਾਂ ਉਹ ਵੀ ਕੀ ਹੈ ਇਸ ਤੋਂ ਦੂਸ਼ਿਤ ਹੋ ਜਾਂਦਾ ਹੈ। ਨੈਕਸਟ ਗੱਲ ਕਰਦੇ ਹਾਂ, ਦਾ ਸੈਕਸੁਅਲ ਐਕਟ ਇਜ਼ ਵਨ ਆਫ ਦਾ ਕਲੋਜ਼ੈਸਟ ਫਿਜ਼ੀਕਲ ਕੰਟੈਕਟ ਬਿਟਵੀਨ ਟੂ ਪੀਪਲ ਕੈਨ ਹੈਵ ਵਿਦ ਈਚ ਅਦਰ। ਨੋ ਸਰਪ੍ਰਾਈਜ਼ਿੰਗਲੀ ਦੇਰ ਆਰ ਮਾਈਕਰੋਬਲ ਡਿਜ਼ੀਜ਼ ਸੱਚ ਐਜ਼ ਸਿਪੀਲਸ ਔਰ ਏਡਸ ਦੈਟ ਆਰ ਟਰਾਂਸਮਿਟਡ ਬਾਏ ਸੈਕਸੁਅਲ ਕੰਟੈਕਟ ਫਰੋਮ ਵਨ ਪਾਰਟਨਰ ਟੂ ਅਨਦਰ। ਕਿ ਕਈ ਵਾਰ ਕੀ ਹੁੰਦਾ ਹੈ ਆਪਸ ਦੇ ਵਿੱਚ ਜਦੋਂ ਦੋ ਵਿਅਕਤੀ ਸਰੀਰਕ ਰੂਪ ਵਿੱਚ ਸੰਪਰਕ ਵਿੱਚ ਆਉਂਦੇ ਹਨ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਸਿਕਮ ਜੀਵ ਜਿਵੇਂ ਕੀ ਹੈ ਸਾਈਫਿਲਿਸ ਹੋ ਗਿਆ ਜਾਂ ਹੋਰ ਕਈ ਏਡਸ ਹੋ ਗਿਆ, ਇਹ ਜੋ ਹੈ ਲਿੰਗੀ ਸੰਬੰਧਾਂ ਦੇ ਦੁਆਰਾ ਕੀ ਹੈ ਇੱਕ ਸਾਥੀ ਤੋਂ ਦੂਸਰੇ ਸਾਥੀ ਤੱਕ ਫੈਲ ਜਾਂਦੇ ਹਨ। ਤਾਂ ਇਸ ਦੇ ਲਈ ਵੀ ਸਾਨੂੰ ਕਈ ਪ੍ਰਕਾਰ ਦੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਜੋ ਕਿ ਤੁਹਾਨੂੰ ਪਤਾ ਹੀ ਹੈ। ਤਾਂ ਨੈਕਸਟ ਗੱਲ ਕਰਦੇ ਹਾਂ ਅਦਰ ਦੈਨ ਸੈਕਸੁਅਲ ਮੈਥਰ ਕਿ ਸੈਕਸੁਅਲ ਲਿੰਗੀ ਸੰਪਰਕ ਤੋਂ ਇਲਾਵਾ ਏਡਸ ਦਾ ਵਿਸ਼ਾਣੂ ਸੰਕਰਮਿਤ ਲੋਕਾਂ ਨਾਲ ਜੋ ਹੈ ਖੂਨ ਤੋਂ ਖੂਨ ਦੇ ਸੰਪਰਕ ਰਾਹੀਂ ਜਾਂ ਸੰਕਰਪਿਤ ਮਾਂ ਤੋਂ ਗਰਭ ਅਵਸਥਾ ਦੁਆਰਾ ਜਾਂ ਆਪਣੀ ਛਾਤੀ ਦਾ ਦੁੱਧ ਪਿਲਾਉਣ ਦੁਆਰਾ। ਕਈ ਵਾਰ ਕੀ ਹੁੰਦਾ ਹੈ ਕਿ ਜੋ ਵਿਅਕਤੀ ਏਡਸ ਤੋਂ ਪਹਿਲਾਂ ਹੀ ਪੀੜਿਤ ਹੈ ਅਸੀਂ ਕੀ ਹੈ ਉਸਦਾ ਖੂਨ ਜਦੋਂ ਆਪਣੇ ਤੱਕ ਲੈ ਲੈਂਦੇ ਹਾਂ ਜਾਂ ਉਸਦਾ ਖੂਨ ਕਿਸੇ ਸਿਹਤਮੰਦ ਵਿਅਕਤੀ ਨੂੰ ਚੜਾ ਦਿੱਤਾ ਜਾਂਦਾ ਹੈ
ਜਾਂ ਕੋਈ ਵੀ ਮਾਂ ਦੇ ਦੁਆਰਾ ਉਸਦੀ ਛਾਤੀ ਦਾ ਦੁੱਧ ਪੀਣ ਨਾਲ ਜਾਂ ਬੱਚਾ ਜੋ ਹੈ ਜਦੋਂ ਜਨਮ ਲੈਂਦਾ ਹੈ ਪ੍ਰੈਗਨੈਂਸੀ ਦੁਆਰਾ, ਤਾਂ ਉਸਦੇ ਦੁਆਰਾ ਵੀ ਕੀ ਹੈ ਇਹ ਜੋ ਹੈ ਬਿਮਾਰੀ ਸਾਨੂੰ ਹੋ ਸਕਦੀ ਹੈ। ਤਾਂ ਪ੍ਰਿੰਸੀਪਲ ਆਫ ਪ੍ਰੀਵੈਂਸ਼ਨ, ਕਿ ਅਸੀਂ ਇਸ ਨੂੰ ਪ੍ਰੀਵੈਂਟ ਕਿਵੇਂ ਕਰ ਸਕਦੇ ਹਾਂ। ਤਾਂ ਜੇ ਆਪਾਂ ਗੱਲ ਕਰੀਏ ਪ੍ਰੀਵੈਂਸ਼ਨ ਦੀ, ਤਾਂ ਇਸਦੇ ਜੋ ਹੈ ਕਾਫੀ ਤਰੀਕੇ ਮੈਥਡ ਹੋ ਸਕਦੇ ਹਨ। ਵੀ ਕੈਨ ਗੈਟ ਸਮ ਈਜ਼ੀ ਆਨਸਰ, ਅਸੀਂ ਆਮ ਤੌਰ 'ਤੇ ਆਨਸਰ ਲੈ ਸਕਦੇ। ਜਿਵੇਂ ਗੱਲ ਕਰੀਏ ਏਅਰਬੋਰਨ ਦੀ, ਜੋ ਹਵਾ ਦੇ ਦੁਆਰਾ ਹੋ ਸਕਦਾ ਹੈ, ਤਾਂ ਸਾਨੂੰ ਕੀ ਹੈ ਓਵਰ ਕਰਾਊਡਡ ਜੋ ਕਿ ਭੀੜ ਵਾਲੇ ਸਥਾਨ ਹੈ ਉੱਥੇ ਬਹੁਤ ਬਿਲਕੁਲ ਪਹਿਲੀ ਗੱਲ ਜਾਣਾ ਹੀ ਨਹੀਂ ਚਾਹੀਦਾ, ਲੇਕਿਨ ਸਾਨੂੰ ਉੱਥੇ ਬਹੁਤ ਜ਼ਰੂਰੀ ਕੰਮ ਹੈ, ਜਾਣਾ ਵੀ ਹੈ, ਤਾਂ ਥੋੜ੍ਹਾ ਬਹੁਤ ਸੋਸ਼ਲ ਡਿਸਟੈਂਸਿੰਗ ਜਾਂ ਆਪਣੇ ਮੂੰਹ ਨੂੰ ਮਾਸਕ ਦੇ ਦੁਆਰਾ ਢੱਕ ਕੇ ਹੀ ਜਾਣਾ ਚਾਹੀਦਾ ਹੈ, ਤਾਂ ਜੋ ਅਸੀਂ ਕੀ ਹੈ ਭੀੜ ਵਾਲੀ ਸਥਾਨਾਂ 'ਤੇ ਹੋਣ ਵਾਲੇ ਜੋ ਵੀ ਬਿਮਾਰੀ ਹੈ ਉਸ ਤੋਂ ਜੋ ਹੈ ਆਪਣੀ ਸੁਰੱਖਿਆ ਕਰ ਸਕੀਏ। ਜੇਕਰ ਆਪਾਂ ਗੱਲ ਕਰੀਏ ਪਾਣੀ ਦੀ, ਤਾਂ ਪਾਣੀ ਤੋਂ ਬਚਣ ਲਈ, ਪਾਣੀ ਤੋਂ ਬਚਣ ਮੀਨਸ ਜੋ ਵੀ ਪਾਣੀ ਤੋਂ ਹੋਣ ਵਾਲੀ ਬਿਮਾਰੀਆਂ ਹਨ ਉਸ ਤੋਂ ਬਚਣ ਲਈ ਸਾਨੂੰ ਕੀ ਹੈ ਸੇਫ ਡਰਿੰਕਿੰਗ ਦਾ ਵਾਟਰ, ਕਿ ਪਾਣੀ ਜੋ ਹੈ ਸਾਫ਼ ਸੁਥਰਾ ਪੀਣਾ ਚਾਹੀਦਾ ਹੈ। ਅਤੇ ਪਾਣੀ ਪੀਣ ਤੋਂ ਪਹਿਲਾਂ ਉਸ ਨੂੰ ਜੋ ਹੈ ਚੰਗੀ ਤਰ੍ਹਾਂ RO ਵਗੈਰਾ ਜਾਂ ਕਈ ਵਾਰ ਕੀ ਹੁੰਦਾ ਸੀ, ਪਹਿਲੀ ਗੱਲ ਕਰੀਏ ਤਾਂ ਆਪਾਂ ਕੀ ਹੈ ਪਾਣੀ ਨੂੰ ਕੀ ਹੈ ਉਬਾਲ ਲੈਣਾ ਚਾਹੀਦਾ, ਉਬਾਲ ਕੇ ਰੱਖ ਲੈਣਾ ਚਾਹੀਦਾ। ਇਸ ਦੇ ਨਾਲ ਕੀ ਹੁੰਦਾ ਉਸਦੇ ਵਿੱਚ ਜੋ ਵੀ ਮਾਈਕਰੋ ਔਰਗੈਨਿਜ਼ਮ ਹੁੰਦੇ ਹਨ ਜਾਂ ਜੀਵਾਣੂ ਵਿਸ਼ਾਣੂ ਹੁੰਦੇ ਹਨ ਉਹ ਮਰ ਜਾਂਦੇ ਹਨ, ਜਾਂ ਹੋਰ ਵੀ ਕਈ ਤਰ੍ਹਾਂ ਦੇ ਮੈਥਡ ਹਨ ਜਿਸ ਦੇ ਨਾਲ ਅਸੀਂ ਪਾਣੀ ਨੂੰ ਸਾਫ਼ ਕਰਕੇ ਪੀ ਸਕਦੇ ਹਾਂ, ਤਾਂ ਜੋ ਅਸੀਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚ ਸਕੀਏ। ਫੋਰ ਵੈਕਟਰਬੋਰਨ ਇਨਫੈਕਸ਼ਨ, ਵੈਕਟਰਬੋਰਨ ਇਨਫੈਕਸ਼ਨ ਉਹ ਆ ਜਾਂਦੀਆਂ ਹਨ ਜੋ ਮੱਖੀ ਮੱਛਰਾਂ ਦੇ ਦੁਆਰਾ ਫੈਲਦੀਆਂ ਹਨ। ਤਾਂ ਗੱਲ ਕਰੀਏ ਆਪਾਂ ਰੋਗ ਵਾਗ ਤੋਂ ਪੈਦਾ ਹੋਣ ਵਾਲੀਆਂ ਸੰਕਰਮਣ ਲਈ ਅਸੀਂ ਸਾਫ਼ ਵਾਤਾਵਰਨ ਪ੍ਰਦਾਨ ਕਰਦੇ ਹਾਂ। ਹੁਣ ਇਸ ਤੋਂ ਬਚਣ ਲਈ ਕੀ ਹੈ ਅਸੀਂ, ਕਿ ਮੱਛਰ ਜੋ ਹੁੰਦੇ ਹਨ, ਕਈ ਵਾਰ ਕੀ ਹੁੰਦਾ ਸੀ ਟਾਇਰ ਹੋ ਗਏ ਜਾਂ ਕੂਲਰਾਂ ਵਿੱਚ ਪਾਣੀ ਲਗਾਤਾਰ ਪਿਆ ਰਹਿੰਦਾ ਹੈ, ਤਾਂ ਮੱਛਰ ਕੀ ਹੈ ਉਸਦੇ ਵਿੱਚ ਆਂਡੇ ਵਗੈਰਾ ਦੇ ਦਿੰਦੇ ਹਨ, ਅਤੇ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਉਹਨਾਂ ਦੀ ਜੋ ਹੈ ਹੋਰ ਵੀ ਜ਼ਿਆਦਾ ਉਹ ਮੱਛਰ ਵੱਧ ਜਾਂਦੇ ਹਨ। ਤਾਂ ਸਾਨੂੰ ਕੀ ਹੈ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਤਾਂ ਸਾਫ਼ ਵਾਤਾਵਰਨ ਨਾਲ ਕੀ ਹੋਵੇਗਾ ਕੋਈ ਵੀ ਬਿਮਾਰੀ ਜੋ ਹੈ ਜਲਦੀ ਸਾਡੇ ਨੇੜੇ ਨਹੀਂ ਆਵੇਗੀ, ਇਸ ਲਈ ਸਾਨੂੰ ਆਪਣਾ ਵਾਤਾਵਰਨ ਸਾਫ਼ ਰੱਖਣਾ ਚਾਹੀਦਾ ਹੈ। ਅਤੇ ਨੈਕਸਟ ਗੱਲ ਕਰਦੇ ਹਾਂ ਛੂਤ ਦੀ ਬਿਮਾਰੀਆਂ ਦੀ ਰੋਕਥਾਮ ਦਾ ਮੁੱਢਲਾ ਸਿਧਾਂਤ, ਹਰ ਕਿਸੇ ਲਈ ਉਚਿਤ ਅਤੇ ਕਾਫ਼ੀ ਭੋਜਨ ਦੀ ਉਪਲਬਧ ਹੈ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਭੋਜਨ ਦੇ ਕੰਪੋਨੈਂਟ ਹੁੰਦੇ ਹੈ, ਜਿਵੇਂ ਕਿ ਆ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ, ਮਿਨਰਲਸ, ਫੈਟ, ਇਹ ਸਾਰੇ ਜੋ ਹਨ ਸਾਨੂੰ ਪ੍ਰੋਪਰ ਅਮਾਊਂਟ ਦੇ ਵਿੱਚ ਜ਼ਰੂਰੀ ਚਾਹੀਦੇ ਹੁੰਦੇ ਹਨ, ਕਿਉਂਕਿ ਜੇਕਰ ਇਹ ਸਾਨੂੰ ਪ੍ਰੋਪਰ ਅਮਾਊਂਟ ਦੇ ਵਿੱਚ ਮਿਲਣਗੇ ਤਾਂ ਹੀ ਸਾਡੀ ਬੋਡੀ ਪ੍ਰੋਪਰ ਫੰਕਸ਼ਨ ਕਰੇਗੀ ਅਤੇ ਬਿਮਾਰੀਆਂ ਦੇ ਨਾਲ ਲੜ ਸਕੇਗੀ। ਇਸ ਲਈ ਜੋ ਅੱਜ ਦੇ ਸਮੇਂ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਕਿ ਜਿਸ ਦਾ ਇਮਿਊਨ ਸਿਸਟਮ ਕਾਫ਼ੀ ਤਕੜਾ ਹੁੰਦਾ ਹੈ ਉਹ ਜੋ ਹੈ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਵੀ ਆਪਣਾ ਜੋ ਹੈ ਲੜ ਸਕਦਾ ਹੈ ਜਾਂ ਉਸ ਤੋਂ ਆਪਣਾ ਬਚਾਵ ਕਰ ਸਕਦਾ ਹੈ। ਇਸ ਲਈ ਸਾਨੂੰ ਜੋ ਹੈ ਇਮਿਊਨ ਸਿਸਟਮ ਵਧਾਉਣਾ ਚਾਹੀਦਾ ਹੈ। ਤਾਂ ਇਮਿਊਨਿਟੀ ਵਧਾਉਣ ਦੇ ਲਈ ਅਸੀਂ ਕੀ ਹੈ ਵੱਧ ਤੋਂ ਵੱਧ ਆਮਲਾ ਦਾ ਯੂਜ਼ ਕਰ ਸਕਦੇ ਹਾਂ ਜਾਂ ਐਲੋਵੇਰਾ ਜਾਂ ਕੀ ਹੈ ਜਿੰਮ ਵਗੈਰਾ ਘਰੇ ਲਗਾ ਕੇ ਐਕਸਰਸਾਈਜ਼ ਕਰਕੇ ਅਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰ ਸਕਦੇ ਹਾਂ। ਤਾਂ ਇਹ ਜੋ ਹੈ ਆਪਣੇ ਕੋਮਨ ਮੈਥਡ ਹਨ ਜਿਸ ਦੇ ਦੁਆਰਾ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਆਪਣਾ ਇਹ ਚੈਪਟਰ ਜੋ ਹੈ ਇੱਥੇ ਕੰਪਲੀਟ ਹੋ ਰਿਹਾ। ਤਾਂ ਹੁਣ ਇਸ ਚੈਪਟਰ ਦੇ ਆਪਾਂ MCQs ਡਿਸਕਸ਼ਨ ਕਰਨ ਜਾਵਾਂਗੇ, ਤਾਂ ਜਿਸ ਦੇ ਨਾਲ ਕੀ ਹੈ ਸਾਡੀ ਟੋਪਿਕ ਦੇ ਪ੍ਰਤੀ ਹੋਰ ਵੀ ਕਲੈਰਿਟੀ ਵੱਧ ਜਾਂਦੀ ਹੈ। ਤਾਂ ਆਪਾਂ ਅੱਜ ਦਾ ਜੋ ਫਸਟ MCQs ਹੈ, ਸਿਹਤ ਅਤੇ ਰੋਗ ਕਿਸ ਸਮੁਦਾਇ ਵਿੱਚ ਇੱਕ ਗੁੰਝਲਦਾਰ ਸਮੱਸਿਆ ਹੈ, ਇਹਦੇ ਵਿੱਚ ਕਮਿਊਨਿਟੀ ਹੈਲਥ ਐਂਡ ਡਿਜ਼ੀਜ਼ ਇਜ਼ ਏ ਕੰਪਲੈਕਸ ਪ੍ਰੋਬਲਮ ਮਾਸਾਹਾਰੀ ਸਮੁਦਾਇ ਨਾਲ ਵਿਦ ਦਾ ਕਾਰਨੀਵੋਰ ਕਮਿਊਨਿਟੀ, ਵਿਦ ਦਾ ਹਿਊਮਨ ਕਮਿਊਨਿਟੀ, ਵਿਦ ਮੰਕੀ ਐਂਡ ਵਿਦ ਫਿਸ਼।
ਤਾਂ ਜੋ ਆਪਣੇ ਵਿੱਚ ਸਿਹਤ ਹੈ ਜਾਂ ਸਮੁਦਾਇ ਵਿੱਚ ਰੋਗ ਕਿਸ ਦੇ ਨਾਲ ਸੰਬੰਧਿਤ ਹਨ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਸਮੇਂ ਵਿੱਚ ਹਿਊਮਨ ਦੇ ਨਾਲ ਸਭ ਤੋਂ ਜ਼ਿਆਦਾ ਰੋਗ ਸੰਬੰਧਿਤ ਹਨ। ਤਾਂ ਇਸ ਦੇ ਨਾਲ ਹੀ ਜੋ ਹੈ ਆਪਣੀ ਫਸਟ ਆਪਸ਼ਨ ਬਿਲਕੁਲ ਰਾਈਟ ਹੋ ਜਾਂਦੀ ਹੈ, ਸੈਕਿੰਡ ਆਪਸ਼ਨ ਆਪਣੀ ਬਿਲਕੁਲ ਰਾਈਟ ਹੋ ਜਾਂਦੀ ਹੈ। ਸੈਕਿੰਡ ਕੁਐਸਚਨ ਦੇ ਵੱਲ ਮੂਵ ਕਰਦੇ ਹਾਂ ਕਿ ਵਟ ਵਿਲ ਹੈਪਨ ਟੂ ਦਾ ਬੋਡੀ ਡਿਊ ਟੂ ਡੀਹਾਈਡਰੇਸ਼ਨ ਇਨ ਦਾ ਕਿਡਨੀ। ਕਿ ਡੀਹਾਈਡਰੇਸ਼ਨ ਦਾ ਮਤਲਬ ਹੁੰਦਾ ਜਦੋਂ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਜਾਂਦੀ ਹੈ ਕਿਡਨੀ ਦੇ ਵਿੱਚ, ਗੁਰਦਿਆਂ ਦੇ ਵਿੱਚ, ਤਾਂ ਉਸਦੇ ਨਾਲ ਕੀ ਹੋਵੇਗਾ, ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਣਗੇ, ਟੋਕਸਿਨਸ ਵਿਲ ਅਕਮੂਲੇਟ ਇਨ ਦਾ ਬੋਡੀ, ਮਨੁੱਖ ਬਿਮਾਰ ਹੋਵੇਗਾ। ਏ ਬੀ ਦੋਨੋਂ ਇਹਨਾਂ ਵਿੱਚੋਂ ਕੋਈ ਵੀ ਨਹੀਂ, ਤਾਂ ਇਸਦਾ ਜੋ ਰਾਈਟ ਆਪਸ਼ਨ ਹੋ ਜਾਂਦਾ ਹੈ ਸੀ ਆਪਸ਼ਨ ਬਿਲਕੁਲ ਰਾਈਟ ਹੋ ਜਾਂਦੀ ਹੈ। ਇੱਕ ਤਾਂ ਕੀ ਹੈ, ਸਰੀਰ ਦੇ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਣਗੇ, ਅਤੇ ਜਦੋਂ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਣਗੇ ਤਾਂ ਉਸਦੇ ਨਾਲ ਕੀ ਹੈ, ਮਨੁੱਖ ਕੀ ਹੈ ਬਿਮਾਰ ਵੀ ਹੋ ਜਾਵੇਗਾ। ਤਾਂ ਇਸਦੇ ਨਾਲ ਹੀ ਕੀ ਹੈ, ਸੀ ਆਪਸ਼ਨ ਜੋ ਹੈ ਬਿਲਕੁਲ ਰਾਈਟ ਹੋ ਜਾਂਦੀ ਹੈ। ਨੈਕਸਟ ਕੁਐਸਚਨ ਦੇ ਵੱਲ ਮੂਵ ਕਰਦੇ ਹਾਂ, ਵਟ ਡੂ ਇੰਡੀਕੇਟਸ ਚੇਂਜ ਇਨ ਬੋਡੀ ਫੰਕਸ਼ਨ, ਸਰੀਰ ਦੀਆਂ ਕਿਰਿਆਵਾਂ ਵਿੱਚ ਬਦਲਾਓ ਕੀ ਦਰਸਾਉਂਦੇ ਹਨ, ਸਿਹਤ ਦੇ ਲੱਛਣ, ਸਾਹ ਰੁਕਣ ਦੇ ਲੱਛਣ, ਰੋਗ ਦੇ ਲੱਛਣ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਜਦੋਂ ਵੀ ਸਰੀਰ ਦੀਆਂ ਕਿਰਿਆਵਾਂ ਦੇ ਵਿੱਚ ਕੋਈ ਵੀ ਬਦਲਾਵ ਆਉਂਦੇ ਹਨ ਤਾਂ ਇਹ ਕਿਸ ਗੱਲ ਦੇ ਲੱਛਣ ਹੁੰਦੇ ਹਨ ਕਿ ਵਿਅਕਤੀ ਜੋ ਹੈ ਕੋਈ ਨਾ ਕੋਈ ਬਿਮਾਰੀ ਜਾਂ ਕੋਈ ਨਾ ਕੋਈ ਰੋਗ ਹੋ ਚੁੱਕਾ ਹੈ। ਤਾਂ ਸੀ ਆਪਸ਼ਨ ਜੋ ਹੈ ਰੋਗ ਦੇ ਲੱਛਣ ਹਨ, ਸੀ ਆਪਸ਼ਨ ਜੋ ਹੈ ਬਿਲਕੁਲ ਰਾਈਟ ਹੋ ਜਾਂਦੀ ਹੈ। ਆਪਣਾ ਨੈਕਸਟ ਕੁਐਸਚਨ ਹੈ, ਵਟ ਡੂ ਦਾ ਸਿਮਟਮ ਇੰਡੀਕੇਟ ਟੂ ਏ ਡਾਕਟਰ, ਕਿ ਲੱਛਣ ਕਿਸੇ ਡਾਕਟਰ ਨੂੰ ਕਿਸ ਗੱਲ ਦਾ ਸੰਕੇਤ ਦਿੰਦੇ ਹਾਂ। ਜਦੋਂ ਆਪਾਂ ਕਿਸੇ ਡਾਕਟਰ ਕੋਲ ਜਾਂਦੇ ਹਾਂ ਤਾਂ ਅਸੀਂ ਉਸਨੂੰ ਜਦੋਂ ਕੋਈ ਵੀ ਬਿਮਾਰੀ ਸਾਨੂੰ ਹੁੰਦੀ ਹੈ ਤਾਂ ਡਾਕਟਰ ਨੂੰ ਕਿਸ ਗੱਲ ਦਾ ਸੰਕੇਤ ਮਿਲਦਾ ਹੈ, ਡਾਕਟਰ ਨੂੰ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਵਿਅਕਤੀ ਜੋ ਹੈ ਕੋਈ ਨਾ ਕੋਈ ਬਿਮਾਰੀ ਦੇ ਨਾਲ ਪੀੜਿਤ ਹੈ। ਤਾਂ ਆਪਸ਼ਨ ਪੜ੍ਹ ਲੈਂਦੇ, ਆਪਣੀ ਰੋਗ ਬਾਰੇ ਯਕੀਨੀ ਬਣਾਉਂਦੇ ਹਨ, ਚੰਗੀ ਸਿਹਤ ਦਰਸਾਉਂਦੇ ਹਨ, ਏ ਅਤੇ ਬੀ ਦੋਨੋਂ ਇਹਨਾਂ ਵਿੱਚੋਂ ਕੋਈ ਵੀ ਨਹੀਂ, ਤਾਂ ਜੋ ਹੈ ਰੋਗ ਬਾਰੇ ਯਕੀਨੀ ਬਣਾਉਂਦੇ ਹਨ, ਇਨਸ਼ਿਓਰ ਡਿਜ਼ੀਜ਼। ਤਾਂ ਡਾਕਟਰ ਕੋਲ ਅਸੀਂ ਤਾਂ ਹੀ ਜਾਵਾਂਗੇ ਕਿ ਜੇਕਰ ਅਸੀਂ ਬਿਮਾਰ ਹਾਂ, ਜੇਕਰ ਅਸੀਂ ਸਿਹਤਮੰਦ ਹੋਵਾਂਗੇ ਤਾਂ ਅਸੀਂ ਡਾਕਟਰ ਕੋਲ ਨਹੀਂ ਜਾਂਦੇ। ਲੇਕਿਨ ਕਈ ਵਾਰ ਕਈ ਵਿਅਕਤੀ ਆਪਣਾ ਚੈੱਕਅਪ ਕਰਵਾਉਂਦੇ ਲਾਉਂਦੇ ਹਨ, ਲੇਕਿਨ ਜੋ ਨੋਰਮਲ ਗੱਲ ਕਰੀਏ ਤਾਂ ਅਸੀਂ ਜਦੋਂ ਕੋਈ ਨਾ ਕੋਈ ਬਿਮਾਰੀ ਦੇ ਨਾਲ ਪੀੜਿਤ ਹੁੰਦੇ ਹਾਂ ਉਸ ਟਾਈਮ ਹੀ ਡਾਕਟਰ ਦੇ ਕੋਲ ਜਾਂਦੇ ਹਾਂ। ਜਿਹੜੇ ਰੋਗ ਘੱਟ ਸਮੇਂ ਲਈ ਹੁੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਾਂ, ਤਾਂ ਪਿਛਲੀ ਪਹਿਲੇ ਪਾਠ ਦੇ ਵਿੱਚ ਆਪਾਂ ਕੀਤਾ ਸੀ ਕਿ ਬਿਮਾਰੀਆਂ ਜੋ ਹੈ ਦੋ ਤਰ੍ਹਾਂ ਦੀ ਗੱਲ ਕੀਤੀ ਸੀ, ਇੱਕ ਹੁੰਦੀ ਹੈ ਸ਼ੋਰਟ ਟਰਮ, ਇੱਕ ਹੁੰਦੀ ਹੈ ਲੌਂਗ ਟਰਮ। ਤਾਂ ਸ਼ੋਰਟ ਟਰਮ ਨੂੰ ਅਸੀਂ ਕਹਿ ਦਿੰਦੇ ਹਾਂ ਜੋ ਥੋੜ੍ਹੇ ਸਮੇਂ ਲਈ ਹੁੰਦੇ ਹਨ ਉਸਨੂੰ ਅਸੀਂ ਕਹਿ ਦਿੰਦੇ ਹਾਂ ਜੀ ਐਕਿਊਟ ਡਿਜ਼ੀਜ਼। ਤਾਂ ਐਕਿਊਟ ਕਿਹੜੀਆਂ ਹੁੰਦੀਆਂ, ਜੋ ਥੋੜ੍ਹੇ ਸਮੇਂ ਦੇ ਲਈ ਸਾਨੂੰ ਹੁੰਦੀਆਂ ਹਨ। ਅਤੇ ਦੂਸਰੀ ਗੱਲ ਕੀਤੀ ਸੀ ਲੰਮੇ ਸਮੇਂ ਲਈ ਦੀਰਘਕਾਲੀਨ, ਅਤੇ ਉਹ ਹੁੰਦੀ ਹੈ ਕਰੋਨਿਕ ਡਿਜ਼ੀਜ਼। ਤਾਂ ਇਹ ਕੀ ਹੈ, ਲੰਮੇ ਸਮੇਂ ਲਈ ਜਾਂ ਮਨੁੱਖ ਦੇ ਨਾਲ ਸਾਰੀ ਉਮਰ ਹੀ ਚੱਲਦੀ ਹੈ ਜਦ ਤੱਕ ਉਸਦਾ ਜੀਵਨ ਹੈ। ਅਤੇ ਕਿਊਟ ਕੀ ਹੈ, ਥੋੜ੍ਹੇ ਸਮੇਂ ਦੇ ਲਈ, ਲੱਗ ਤੋਂ ਵੱਧ ਵੱਧ ਤੋਂ ਵੱਧ ਇੱਕ ਹਫ਼ਤਾ ਜਾਂ ਥੋੜ੍ਹੇ ਦਿਨ ਉੱਪਰ ਰਹਿੰਦੀ ਹੈ। ਤਾਂ ਉਹ ਕਿਹੜੇ ਰੋਗ ਹਨ ਜਿਹੜੇ ਰੋਗ ਘੱਟ ਸਮੇਂ ਲਈ ਹੁੰਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ, ਤਾਂ ਉਹਨੇ ਗੱਲ ਕੀਤੀ ਐਕਿਊਟ। ਐਕਿਊਟ ਅਲਪਕਾਲੀਨ ਰੋਗ ਜੋ ਹੈ ਘੱਟ ਸਮੇਂ ਲਈ ਹੁੰਦੇ ਹਨ। ਤਾਂ ਡੀ ਆਪਸ਼ਨ ਜੋ ਆਪਣੀ ਬਿਲਕੁਲ ਰਾਈਟ ਹੋ ਜਾਂਦੀ ਹੈ। ਤਾਂ ਇਸਦੇ ਉਲਟ ਆਪਾਂ ਹੁਣੇ ਗੱਲ ਕੀਤੀ ਹੈ ਲੌਂਗ ਟਰਮ ਇਲਨੈਸ ਜਾਂ ਡਿਜ਼ੀਜ਼ ਇਜ਼ ਨੋਨ ਐਜ਼। ਤਾਂ ਲੌਂਗ ਟਰਮ ਜੋ ਬਿਮਾਰੀ ਹੁੰਦੀ ਹੈ ਉਸਨੂੰ ਅਸੀਂ ਕੀ ਕਹਿ ਦਿੰਦੇ ਹਾਂ, ਦੀਰਘਕਾਲੀਨ ਰੋਗ ਕਹਿ ਦਿੰਦੇ ਹਾਂ, ਕਰੋਨਿਕ ਡਿਜ਼ੀਜ਼ ਕਹਿ ਦਿੰਦੇ ਹਾਂ। ਅਲਪਕਾਲੀਨ ਰੋਗ ਦੀ ਇੱਕ ਉਦਾਹਰਨ ਦਿਓ, ਗਿਵ ਐਨ ਐਗਜ਼ਾਮਪਲ ਆਫ ਅ ਸ਼ੋਰਟ ਟਰਮ ਜਾਂ ਅਕਿਊਟ ਡਿਜ਼ੀਜ਼। ਖਾਂਸੀ, ਜ਼ੁਕਾਮ, ਮਲੇਰੀਆ, ਟੀਬੀ ਹੈ। ਜਦ ਤਾਂ ਤੁਸੀਂ ਨੋਰਮਲ ਗੱਲ ਕਰ ਹੀ ਸਕਦੇ ਹੋ ਕਿ ਖਾਂਸੀ ਜੋ ਹੈ ਉਹ ਕਿ ਸਾਨੂੰ ਥੋੜ੍ਹੇ ਸਮੇਂ ਦੇ ਲਈ ਨਹੀਂ ਹੁੰਦੀ ਹੈ, ਤਾਂ ਇਹ ਕਿਸ ਦੇ ਵਿੱਚ ਆ ਜਾਂਦੀ ਹੈ, ਅਕਿਊਟ ਡਿਜ਼ੀਜ਼ ਦੇ ਵਿੱਚ ਆ ਜਾਂਦੀ ਹੈ। ਤਾਂ ਸਟੂਡੈਂਟ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਜੋ ਆਪਣਾ ਡੈਮੋ ਲੈਕਚਰ ਹੈ, ਪਹਿਲਾਂ ਵੀ ਇੱਕ ਡੈਮੋ ਲੈਕਚਰ ਹੋ ਚੁੱਕਿਆ, ਇਹ ਪਾਰਟ 2 ਡੈਮੋ ਲੈਕਚਰ ਹੈ।
ਇਸੇ ਪ੍ਰਕਾਰ ਹੀ ਸਾਡੇ ਜੋ ਹੈ ਆਨਲਾਈਨ ਕੋਰਸ ਆਲਰੇਡੀ ਲਾਂਚ ਹੋ ਚੁੱਕਿਆ ਪੇਡ ਕੋਰਸ ਤੇ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। 8th ਕੁਐਸਚਨ, ਗਿਵ ਐਨ ਐਗਜ਼ਾਮਪਲ ਆਫ ਕਰੋਨਿਕ ਡਿਜ਼ੀਜ਼। ਤਾਂ ਪਹਿਲਾਂ ਆਪਾਂ ਗੱਲ ਕੀਤੀ ਸੀ ਐਕਿਊਟ ਦੀ, ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਰੋਨਿਕ ਡਿਜ਼ੀਜ਼ ਦੀ। ਤਾਂ ਇਸ ਦੀ ਐਗਜ਼ਾਮਪਲ ਕਿਹੜੀ ਹੈ? ਐਲੀਫੈਂਟੀਆਸਿਸ, ਮਲੇਰੀਆ, ਟੀਬੀ ਹੈ ਜਾਂ। ਤਾਂ ਐਲੀਫੈਂਟਿਸ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਹੈ ਸਾਰੀ ਉਮਰ ਹੀ ਮਨੁੱਖ ਦੇ ਨਾਲ ਰਹਿੰਦੀ ਹੈ। ਇਸ ਦੇ ਵਿੱਚ ਕੀ ਹੁੰਦਾ ਹੈ, ਆਦਮੀ ਦੇ ਪੈਰ ਜੋ ਹੈ ਹਾਥੀ ਦੇ ਪੈਰਾਂ ਵਰਗੇ ਵੱਡੇ ਵੱਡੇ ਹੋ ਜਾਂਦੇ ਹਨ। ਤੇ ਜੋ ਇਹ ਲੰਮੇ ਸਮੇਂ ਦੀ ਹੀ ਇੱਕ ਬਿਮਾਰੀ ਹੈ, ਦੀਰਘਕਾਲੀਨ ਰੋਗ ਹੈ। ਤਾਂ ਸਿਹਤ ਨੂੰ ਵਧੇਰੇ ਹਾਨੀ ਕਿਸ ਪ੍ਰਕਾਰ ਦੇ ਰੋਗ ਨਾਲ ਹੁੰਦੀ ਹੈ? ਵਟ ਕਾਇੰਡ ਆਫ ਡਿਜ਼ੀਜ਼ ਕੋਜ਼ ਮੋਰ ਡੈਮੇਜ ਟੂ ਹੈਲਥ। ਤਾਂ ਹੈਲਥ ਨੂੰ ਕਿਸ ਦੇ ਨਾਲ ਵਧੇਰੇ ਹਾਨੀ ਪ੍ਰਾਪਤ ਹੁੰਦੀ ਹੈ? ਸ਼ੋਰਟ ਟਰਮ ਡਿਜ਼ੀਜ਼ ਨਾਲ, ਟੀਬੀ ਨਾਲ, ਵਿਦ ਕਰੋਨਿਕ ਡਿਜ਼ੀਜ਼ ਨਾਲ, ਜਾਂ ਨਨ ਆਫ ਦੀਜ਼, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਰੋਨਿਕ ਡਿਜ਼ੀਜ਼ ਜੋ ਹੈ ਲੰਮੇ ਸਮੇਂ ਤੱਕ ਚੱਲਦੀ ਹੈ। ਤਾਂ ਇਸ ਦੇ ਨਾਲ ਕੀ ਹੈ, ਸਾਡੀ ਸਿਹਤ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ, ਵਧੇਰੇ ਹਾਨੀ ਹੁੰਦੀ ਹੈ। ਤਾਂ ਵਟ ਕੋਜ਼ ਕੈਂਸਰ, ਕੈਂਸਰ ਰੋਗ ਦਾ ਕੀ ਕਾਰਨ ਹੈ? ਪਰੇਸ਼ਾਨੀ ਅਤੇ ਚਿੰਤਾ, ਐਨਗਜ਼ਾਇਟੀ ਐਂਡ ਵਰੀ, ਅਨੁਵੰਸ਼ਿਕ ਅਸਮਾਨਤਾ, ਜ਼ਿਆਦਾ ਸੋਨਾ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਪਰੇਸ਼ਾਨੀ ਦੇ ਨਾਲ ਤਾਂ ਕੈਂਸਰ ਨਹੀਂ ਹੁੰਦੀ, ਨਾ ਹੀ ਜ਼ਿਆਦਾ ਸੋਨ ਦੇ ਨਾਲ ਹੁੰਦੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਇਸਦਾ ਮੇਨ ਕਾਰਨ ਕੀ ਹੋ ਸਕਦਾ ਹੈ? ਜੈਨਟਿਕ ਇਨਇਕੁਐਲਿਟੀ। ਜੈਨਟਿਕ ਮਤਲਬ ਕੀ ਹੁੰਦਾ ਹੈ ਕਿ ਮਾਤਾ ਪਿਤਾ ਦੇ ਜਦੋਂ ਇਨਇਕੁਐਲਿਟੀ ਹੋ ਜਾਂਦੀ ਹੈ ਤਾਂ ਉਸ ਤੋਂ ਵੀ ਕੀ ਹੈ, ਕੈਂਸਰ ਦੇ ਰੋਗ ਹੋਣ ਦਾ ਡਰ ਹੋ ਜਾਂਦਾ ਹੈ। ਅਤੇ ਨੈਕਸਟ ਗੱਲ ਕਰਦੇ ਹਾਂ, ਹਾਊ ਇਜ਼ ਪੈਪਟਿਕ ਅਲਸਰ ਟ੍ਰੀਟਡ ਨਾਓ। ਪੈਪਟਿਕ ਅਲਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਨਾਲ ਕੀ ਹੈ, ਸਾਡਾ ਜੋ ਮਿਹਦਾ ਹੈ, ਮਿਹਦੇ ਦੇ ਵਿੱਚ ਕੀ ਹੈ, ਛੇਦ ਹੋ ਜਾਂਦੇ ਹਨ। ਤਾਂ ਮਿਹਦੇ ਦੇ ਵਿੱਚ ਛੇਦ ਹੋ ਜਾਂਦੇ ਹਨ ਤਾਂ ਉਹ ਇੱਕ ਪੈਪਟਿਕ ਅਲਸਰ ਨਾਂ ਦੀ ਬਿਮਾਰੀ ਹੋ ਜਾਂਦੀ ਹੈ। ਤਾਂ ਪੈਪਟਿਕ ਅਲਸਰ ਨੂੰ ਅਸੀਂ ਠੀਕ ਕਿਵੇਂ ਕਰ ਸਕਦੇ ਹਾਂ? ਵਿਦ ਐਂਟੀਬਾਇਓਟਿਕ। ਤਾਂ ਐਂਟੀਬਾਇਓਟਿਕ ਉਹ ਹੁੰਦੀਆਂ ਜੋ ਅਸੀਂ ਦਵਾਈ ਦੇ ਰੂਪ ਵਿੱਚ ਜਾਂ ਮੈਡੀਸਿਨ ਜੋ ਬਾਹਰ ਤੋਂ ਲੈਂਦੇ ਹਾਂ। ਵਿਦ ਅਲਕੋਹਲ, ਵਿਦ ਹਰਬਸ, ਨਨ ਆਫ ਦਿਸ। ਤਾਂ ਅਸੀਂ ਐਂਟੀਬਾਇਓਟਿਕ ਦੀ ਸਹਾਇਤਾ ਨਾਲ ਇਸ ਨੂੰ ਕੀ ਹੈ, ਟ੍ਰੀਟ ਕਰ ਸਕਦੇ ਹਾਂ। ਆਮ ਕਰਕੇ ਚਮੜੀ ਰੋਗ ਕਿਸ ਨਾਲ ਫੈਲਦੇ ਹਨ? ਵਟ ਯੂਜਲੀ ਸਪਰੈਡ ਸਕਿਨ ਡਿਜ਼ੀਜ਼, ਫੰਗੀ ਜਾਂ ਫੰਜਾਈ, ਕੋਜ਼ਡ ਬਾਈ ਬੈਕਟੀਰੀਆ, ਅਮੀਬਾ, ਵਾਇਰਸ। ਤਾਂ ਫੰਗੀ ਦੇ ਨਾਲ ਜ਼ਿਆਦਾਤਰ ਕੀ ਹੁੰਦੀ ਹੈ, ਸਾਡੀ ਸਕਿਨ ਜੋ ਚਮੜੀ ਦੇ ਰੋਗ ਫੈਲਦੇ ਹਨ। ਐਂਟੀਬਾਇਓਟਿਕ ਇਫੈਕਟ ਡਜ਼ ਨੋਟ ਇਫੈਕਟ ਵਿੱਚ ਪੈਥੋਜਨ। ਤਾਂ ਪੈਥੋਜਨ ਉਹ ਹੁੰਦੇ ਹਨ ਜੋ ਸਾਨੂੰ ਕੋਈ ਨਾ ਕੋਈ ਬਿਮਾਰੀ ਫੈਲਾਉਂਦੇ ਹਨ। ਤਾਂ ਪੈਥੋਜਨ ਦੇ ਵਿੱਚ ਕੀ ਆ ਜਾਂਦੇ ਹਨ, ਵਾਇਰਸ, ਬੈਕਟੀਰੀਆ, ਐਲਗੀ, ਫੰਗੀ, ਸਭ ਉਸਦੇ ਵਿੱਚ ਹੀ ਆ ਜਾਂਦੇ ਹਨ। ਤਾਂ ਐਂਟੀਬਾਇਓਟਿਕ ਕਿਸ ਦੇ ਉੱਤੇ ਇਹਨਾਂ ਵਿੱਚੋਂ ਅਸਰ ਨਹੀਂ ਕਰਦੀ? ਤਾਂ ਆਪਾਂ ਅੱਜ ਵੀ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਦੇ ਉੱਤੇ ਜਲਦੀ ਕੋਈ ਵੀ ਜੋ ਹੈ ਆਪਣੀ ਮੈਡੀਸਿਨ ਇਫੈਕਟ ਨਹੀਂ ਕਰ ਰਹੀ। ਤਾਂ ਵਾਇਰਸ ਹੀ ਜੋ ਹੈ ਉਸਦੇ ਉੱਤੇ ਮੈਡੀਸਿਨ ਜੋ ਹੈ ਬਹੁਤ ਘੱਟ ਪ੍ਰਭਾਵ ਪਾਉਂਦੀ ਹੈ, ਡਿਊ ਟੂ ਵਾਇਰਸ। ਨੈਕਸਟ ਕੁਐਸਚਨ, ਆਪਣਾ ਨੇਮ ਏ ਕੋਮਨ ਡਿਜ਼ੀਜ਼ ਕੈਰੀਅਰ ਵੈਕਟਰ, ਕਿ ਉਹ ਕਿਹੜਾ ਕੋਮਨ ਡਿਜ਼ੀਜ਼ ਨੂੰ ਜੋ ਹੈ ਫੈਲਾਉਂਦੇ ਹਨ? ਮੋਸਕਿਊਟੋ, ਬੈਕਟੀਰੀਆ, ਮੀਬਾ, ਮੱਛਰ, ਬੈਕਟੀਰੀਆ, ਮੀਬਾ। ਤਾਂ ਮੱਛਰ ਜੋ ਹੈ ਉਹ ਕੀ ਹੈ, ਆਮ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਕਿ ਕਾਫੀ ਤਰ੍ਹਾਂ ਦੇ ਰੋਗ ਫੈਲਾਉਂਦੇ ਹਨ। ਇਸ ਦੇ ਲਈ ਕੀ ਹੈ, ਸਾਨੂੰ ਮੱਛਰ ਤੋਂ ਆਪਣਾ ਬਚਾਵ ਕਰਨਾ ਚਾਹੀਦਾ ਹੈ, ਮੱਛਰਦਾਨੀ ਦਾ ਯੂਜ਼ ਕਰਨਾ ਚਾਹੀਦਾ ਹੈ, ਕੂਲਰ ਵਗੈਰਾ ਜਾਂ ਟਾਇਰ ਵਗੈਰਾ ਵਿੱਚ ਪਾਣੀ ਨੂੰ ਜੋ ਹੈ ਖੜਨ ਨਹੀਂ ਦੇਣਾ ਚਾਹੀਦਾ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ, ਵੇਅਰ ਵਿਲ ਦਾ ਮਾਈਕਰੋ ਔਰਗੈਨਿਜ਼ਮ ਗੋ ਦੈਟ ਐਂਟਰ ਦਾ ਬੋਡੀ ਥਰੂ ਦਾ ਫੂਡ ਪਾਈਪ, ਕਿ ਜਦੋਂ ਸਾਡੀ ਫੂਡ ਪਾਈਪ ਜਿਸ ਨੂੰ ਅਸੀਂ ਈਸੋਫੈਗਸ ਵੀ ਕਹਿ ਦਿੰਦੇ ਹਾਂ, ਮਾਊਥ ਤੋਂ ਬਾਅਦ ਜੋ ਪਾਈਪ ਆਉਂਦੀ ਹੈ ਜਿਸ ਨੂੰ ਅਸੀਂ ਭੋਜਨ ਵਾਲੀ ਵੀ ਕਹਿ ਦਿੰਦੇ ਹਾਂ, ਅਤੇ ਜਦੋਂ ਉਸਦੇ ਦੁਆਰਾ ਕੋਈ ਵੀ ਭੋਜਨ ਦੇ ਨਾਲ ਮਾਈਕਰੋ ਔਰਗੈਨਿਜ਼ਮ ਜੋ ਹੈ ਸੂਖਮ ਜੀਵ ਐਂਟਰ ਕਰ ਜਾਂਦਾ ਹੈ ਤਾਂ ਉਹ ਕਿੱਥੇ ਪਹੁੰਚ ਜਾਵੇਗਾ?
ਤਾਂ ਉਹ ਜੋ ਹੈ ਸਿੱਧਾ ਸਾਡੇ ਇਨ ਦਾ ਲੀਵਰ ਲੀਵਰ ਤੱਕ ਪਹੁੰਚ ਜਾਂਦਾ ਹੈ, ਬ੍ਰੇਨ ਤੱਕ ਨਹੀਂ ਪਹੁੰਚੇਗਾ, ਲੰਗਸ ਤੱਕ ਨਹੀਂ ਪਹੁੰਚੇਗਾ, ਤਾਂ ਉਹ ਕੀ ਹੈ ਸਾਡੇ ਸਿੱਧਾ ਕੀ ਹੈ ਲੀਵਰ ਤੱਕ ਪਹੁੰਚ ਜਾਂਦਾ ਹੈ। ਇਸ ਦੇ ਨਾਲ ਹੀ ਜੋ ਹੈ ਸੀ ਆਪਸ਼ਨ ਜੋ ਹੈ ਆਪਣੀ ਰਾਈਟ ਹੋ ਜਾਂਦੀ ਹੈ। ਨੈਕਸਟ ਕੁਐਸਚਨ ਦੇ ਵੱਲ ਮੂਵ ਕਰਦੇ ਹਾਂ ਕਿ ਪੀਲੀਆ ਦਾ ਕਾਰਨ ਕੌਣ ਹੁੰਦਾ ਹੈ, ਹੈਪੇਟਾਈਟਸ, ਬੈਕਟੀਰੀਆ, ਅਮੀਬਾ, ਕੀੜੇ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਪੀਲੀਆ ਦਾ ਮੇਨ ਕਾਰਨ ਕੀ ਹੁੰਦਾ ਹੈ, ਹੈਪੇਟਾਈਟਸ ਬੈਕਟੀਰੀਆ। ਤਾਂ ਇਸ ਦੇ ਨਾਲ ਹੀ ਜੋ ਹੈ ਆਪਣੀ ਇਹ ਆਪਸ਼ਨ ਬਿਲਕੁਲ ਰਾਈਟ ਹੋ ਜਾਂਦੀ ਹੈ। ਨੈਕਸਟ ਗੱਲ ਕਰਦੇ ਹਾਂ, ਜਪਾਨੀ ਬੁਖਾਰ ਕਿਸ ਅੰਗ ਨੂੰ ਪ੍ਰਭਾਵਿਤ ਕਰਦੇ ਹਨ, ਅਫੈਕਟ ਵਿੱਚ ਔਰਗਨ। ਤਾਂ ਜਪਾਨੀ ਜੋ ਬੁਖਾਰ ਹੁੰਦਾ ਹੈ ਇਹ ਸਾਡੇ ਕਿਸ ਅੰਗ ਨੂੰ ਪ੍ਰਭਾਵਿਤ ਕਰਦਾ ਹੈ, ਦਿਲ ਨੂੰ, ਫੇਫੜਿਆਂ ਨੂੰ, ਦਿਮਾਗ ਨੂੰ ਤੇ ਹੱਡੀਆਂ ਨੂੰ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਜਪਾਨੀ ਬੁਖਾਰ ਜੋ ਸਾਡੇ ਦਿਮਾਗ ਨੂੰ ਟੂ ਦਾ ਬ੍ਰੇਨ ਪ੍ਰਭਾਵਿਤ ਕਰਦਾ ਹੈ। ਨੈਕਸਟ ਕੁਐਸਚਨ ਆਪਣਾ, ਵਿਚ ਆਫ ਦਾ ਫੋਲੋਇੰਗ ਕੈਨ ਮੇਕ ਯੂ ਇਲ ਇਫ ਯੂ ਕਮ ਇਨ ਕੰਟੈਕਟ ਵਿਦ ਐਨ ਇਨਫੈਕਟਡ ਪਰਸਨ। ਜੇ ਤੁਸੀਂ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਾਂ ਤਾਂ ਹੇਠਾਂ ਵਿੱਚੋਂ ਕਿਹੜਾ ਤੁਹਾਨੂੰ ਆਇਲ ਬਣਾ ਸਕਦਾ ਹੈ, ਇਨਫੈਕਟਡ ਬਣਾ ਸਕਦਾ ਹੈ? ਹਾਈ ਬਲੱਡ ਪ੍ਰੈਸ਼ਰ, ਜੈਨਟਿਕ ਐਬਨੋਰਮੈਲਿਟੀ, ਸਨੀਜ਼ਿੰਗ ਜਾਂ ਬਲੱਡ ਕੈਂਸਰ। ਤਾਂ ਬਲੱਡ ਕੈਂਸਰ ਕਿਸ ਦੇ ਨਾਲ ਹੋਵੇਗੀ, ਜਦੋਂ ਅਸੀਂ ਕਿਸੇ ਇਨਫੈਕਟਡ ਪਰਸਨ ਦਾ ਖੂਨ ਲਵਾਂਗੇ। ਜੈਨਟਿਕ ਐਬਨੋਰਮੈਲਿਟੀਜ਼ ਜਦੋਂ ਮਾਤਾ ਪਿਤਾ ਤੋਂ ਬੱਚਾ ਜਨਮ ਲੈ ਰਿਹਾ ਉਦੋਂ ਹੋਵੇਗੀ। ਹਾਈ ਬਲੱਡ ਪ੍ਰੈਸ਼ਰ ਕਈ ਵਾਰ ਕੀ ਹੁੰਦਾ ਹੈ ਕਿ ਜ਼ਿਆਦਾ ਅਜਿਹਾ ਤਲਿਆ ਫਲਿਆ ਖਾਣ ਦੇ ਨਾਲ ਹੋ ਜਾਂਦਾ ਜਾਂ ਜ਼ਿਆਦਾ ਨਮਕ ਵਗੈਰਾ ਦੀ ਵਰਤੋਂ ਕਰਨ ਦੇ ਨਾਲ। ਤਾਂ ਸਨੀਜ਼ਿੰਗ ਜੋ ਹੈ ਜਦੋਂ ਇੱਕ ਵਿਅਕਤੀ ਕੀ ਹੈ ਖੁੱਲ੍ਹੇ ਦੇ ਵਿੱਚ ਛਿੱਕ ਦਿੰਦਾ ਹੈ ਅਤੇ ਕੋਈ ਦੂਸਰਾ ਵਿਅਕਤੀ ਉਸਦੇ ਸੰਪਰਕ ਵਿੱਚ ਆ ਜਾਂਦਾ ਹੈ, ਤਾਂ ਹਵਾ ਵਿੱਚ ਜੋ ਵੀ ਡਰੋਪ ਹੁੰਦੇ ਹਨ ਉਹ ਜੋ ਹੈ ਸਿਹਤਮੰਦ ਵਿਅਕਤੀ ਤੱਕ ਪਹੁੰਚ ਜਾਂਦੀ ਹਨ, ਜਿਸ ਦੇ ਨਾਲ ਕੀ ਹੈ ਉਹ ਸਿਹਤਮੰਦ ਵਿਅਕਤੀ ਵੀ, ਹੈਲਦੀ ਪਰਸਨ ਵੀ ਇਨਫੈਕਟਡ ਹੋ ਸਕਦਾ ਹੈ। ਏਡਸ ਕੈਨ ਨੋਟ ਬੀ ਟਰਾਂਸਮਿਟਡ ਬਾਏ, ਕਿ ਏਡਸ ਇਹਨਾਂ ਵਿੱਚੋਂ ਕਿਸ ਦੇ ਦੁਆਰਾ ਨਹੀਂ ਫੈਲਦਾ। ਸੈਕਸੁਅਲ ਕੰਟੈਕਟ, ਹਗਸ, ਬ੍ਰੀਸਟ ਫੀਡਿੰਗ ਜਾਂ ਬਲੱਡ ਟ੍ਰਾਂਸਫਿਊਜ਼ਨ, ਲਿੰਗੀ ਸੰਪਰਕ, ਜੱਫੀ, ਸਤਨਪਾਤ ਜਾਂ ਖੂਨ ਚੜਾਉਣਾ। ਤਾਂ ਇਹਨਾਂ ਵਿੱਚੋਂ ਜੋ ਹੈ ਕੈਂਸਰ ਕਿਸ ਦੇ ਦੁਆਰਾ ਨਹੀਂ ਫੈਲਦੀ, ਤਾਂ ਕੈਂਸਰ ਜੋ ਹੈ ਹਗਸ, ਜੱਫੀ ਦੇ ਦੁਆਰਾ ਬਿਲਕੁਲ ਵੀ ਨਹੀਂ ਫੈਲਦੀ, ਲੇਕਿਨ ਬਾਕੀ ਮੈਥਡ ਦੇ ਨਾਲ ਫੈਲ ਸਕਦੀ ਹੈ। ਵਿੱਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਏ ਵਾਇਰਲ ਡਿਜ਼ੀਜ਼, ਇਹਨਾਂ ਵਿੱਚੋਂ ਕਿਹੜੀ ਵਾਇਰਸ ਦੀ ਬਿਮਾਰੀ ਨਹੀਂ ਹੈ, ਡੇਂਗੂ, ਏਡਸ, ਟਾਈਫਾਇਡ ਜਾਂ ਇਨਫਲੂਐਂਜਾ। ਤਾਂ ਇਹਨਾਂ ਵਿੱਚੋਂ ਸੀ ਆਪਸ਼ਨ ਜੋ ਹੈ ਆਪਣੀ ਟਾਈਫਾਇਡ, ਇਹ ਕੋਈ ਵੀ ਵਾਇਰਸ ਦੀ ਡਿਜ਼ੀਜ਼ ਨਹੀਂ ਹੈ। ਇਸ ਦੇ ਨਾਲ ਹੀ ਜੋ ਆਪਣੀ ਸੀ ਆਪਸ਼ਨ ਬਿਲਕੁਲ ਰਾਈਟ ਹੋ ਜਾਂਦੀ ਹੈ। ਨੈਕਸਟ ਕੁਐਸਚਨ ਦੇ ਵੱਲ ਮੂਵ ਕਰਦੇ ਹਾਂ, ਲੋ ਵਿਜ਼ਨ ਇਨ ਦਾ ਈਵਨਿੰਗ ਐਂਡ ਨਾਈਟ ਰਿਜ਼ਲਟ ਫਰੋਮ ਦਾ ਡੈਫੀਸ਼ੀਐਂਸੀ ਆਫ, ਕਿ ਸ਼ਾਮ ਅਤੇ ਰਾਤ ਨੂੰ ਘੱਟ ਨਜ਼ਰ ਆਉਣਾ ਡੈਸ਼ ਦੀ ਘਾਟ ਦੇ ਨਤੀਜੇ ਵਜੋਂ ਹੁੰਦਾ ਹੈ, ਵਿਟਾਮਿਨ ਏ, ਬੀ, ਸੀ ਜਾਂ ਡੀ। ਤਾਂ ਇਹਨਾਂ ਵਿੱਚੋਂ ਕਿਸ ਵਿਟਾਮਿਨ ਦੀ ਕਮੀ ਕਾਰਨ ਜੋ ਹੈ ਸਾਨੂੰ ਘੱਟ ਵਿਖਣਾ ਦਿਖਾਈ ਦਿੰਦਾ ਹੈ? ਤਾਂ ਜੋ ਹੈ ਵਿਟਾਮਿਨ ਏ ਜੋ ਹੈ ਨਾਈਟ ਬਲਾਈਂਡਨੈਸ, ਜੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਵਿਟਾਮਿਨ ਏ ਦੀ ਕਮੀ ਨਾਲ ਕੀ ਹੁੰਦਾ, ਸਾਨੂੰ ਥੋੜ੍ਹੀ ਜਿਹੀ ਅੱਖ ਦੇ ਉੱਤੇ ਪ੍ਰਭਾਵ ਆ ਜਾਂਦਾ। ਦ ਫੋਲੋਇੰਗ ਡਿਜ਼ੀਜ਼ ਇਜ਼ ਕੋਜ਼ ਡਿਊ ਟੂ ਬੈਕਟੀਰੀਆ, ਕਿ ਇਹਨਾਂ ਵਿੱਚੋਂ ਕਿਹੜੀ ਬਿਮਾਰੀ ਹੈ ਜੋ ਬੈਕਟੀਰੀਆ ਦੇ ਕਾਰਨ ਹੁੰਦੀ ਹੈ, ਮਲੇਰੀਆ, ਏਡਸ, ਮੰਪਸ ਜਾਂ ਟਿਊਬਰਕਿਲੋਸਿਸ, ਟੀਬੀ। ਤਾਂ ਟੀਬੀ ਜੋ ਹੈ ਸਾਡੀ ਜੋ ਹੈ ਬੈਕਟੀਰੀਆ ਦੇ ਦੁਆਰਾ ਹੁੰਦੀ ਹੈ, ਇਸ ਨੂੰ ਤੁਸੀਂ ਟੀ ਬੀ ਤੋਂ ਯਾਦ ਰੱਖ ਸਕਦੇ ਹੋ। ਟੀ ਮੀਨਸ ਟੀਬੀ ਕੀ ਇੱਕ ਬਿਮਾਰੀ ਹੋਗੀ ਅਤੇ ਬੀ ਮੀਨਸ ਬੈਕਟੀਰੀਆ। ਤਾਂ ਟੀਬੀ ਕਿਸ ਦੇ ਦੁਆਰਾ ਹੋ ਜਾਂਦੀ ਹੈ? ਬੈਕਟੀਰੀਆ ਦੇ ਦੁਆਰਾ ਹੁੰਦੀ ਹੈ। ਅਤੇ ਨੈਕਸਟ ਗੱਲ ਕਰਦੇ ਹਾਂ, ਜੋ ਪੀਲੀਆ ਹੈ ਇੱਕ ਬਿਮਾਰੀ ਦਾ ਲੱਛਣ ਹੈ, ਕਿ ਪੀਲੀਆ ਦੇ ਨਾਲ ਕਿਹੜਾ ਅੰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ? ਤਾਂ ਕਿਡਨੀ, ਲੀਵਰ, ਹਰਟ ਜਾਂ ਜੁਆਇੰਟ। ਤਾਂ ਪੀਲੀਆ ਦੇ ਨਾਲ ਸਾਡਾ ਜੋ ਹੈ ਲੀਵਰ ਜੋ ਹੈ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਇਸ ਦੇ ਨਾਲ ਹੀ ਬੀ ਆਪਸ਼ਨ ਜੋ ਆਪਣੀ ਰਾਈਟ ਹੋ ਜਾਂਦੀ ਹੈ। ਵਿਚ ਆਫ ਦਾ ਫੋਲੋਇੰਗ ਇਜ਼ ਏ ਵਾਇਰਲ ਡਿਸੀਜ਼,
ਇਹਨਾਂ ਵਿੱਚੋਂ ਜਾਂ ਹੇਠ ਲਿਖਿਆਂ ਵਿੱਚੋਂ ਇੱਕ ਵਿਸ਼ਾਣੂ ਦੀ ਬਿਮਾਰੀ ਹੈ। ਟਿਊਬਰਕਿਊਲੋਸਿਸ, ਟਾਈਫਾਇਡ, ਇਨਫਲੂਐਂਜ਼ਾ ਜਾਂ ਡਿਪਥਾਇਰੀਆ। ਤਾਂ ਇਨਫਲੂਐਂਜ਼ਾ ਜੋ ਹੈ ਵਾਇਰਲ ਡਿਜ਼ੀਜ਼ ਹੈ। ਇਸ ਦੇ ਨਾਲ ਹੀ ਜੋ ਹੈ ਸੀ ਆਪਸ਼ਨ ਬਿਲਕੁਲ ਰਾਈਟ ਹੋ ਜਾਂਦੀ ਹੈ। ਅਤੇ ਇਸ ਦੇ ਨਾਲ ਹੀ ਜੋ ਹੈ ਆਪਣਾ ਜੋ ਅੱਜ ਦਾ ਲੈਸਨ ਵਿਦ ਐਮ ਸੀ ਕਿਊਜ ਕੰਪਲੀਟ ਹੋ ਚੁੱਕਿਆ ਹੈ। ਤਾਂ ਜੋ ਵੀ ਇੰਟਰਸਟਡ ਹੋਵੇ ਇਸ ਪੇਡ ਕੋਰਸ ਨੂੰ ਜੁਆਇਨ ਕਰਨ ਦੇ ਵਿੱਚ, ਇਸ ਨੰਬਰ 'ਤੇ ਫੋਨ ਕਰਕੇ ਜੋ ਵੀ ਆਪਣੇ ਤੁਹਾਡੇ ਕੁਐਸਚਨ ਹੈ ਉਸਨੂੰ ਲੈ ਸਕਦਾ ਹੈ। ਓਕੇ ਜੀ, ਠੀਕ ਹੈ, ਥੈਂਕ ਯੂ ਸੋ ਮੱਚ।